ਓਏ ਰਾਜਾ, ਤੇਰਾ ਬੇੜਾ ਗਰਕ ਹੋ ਜਾਵੇ। ਇੱਦਾਂ ਲੱਗਦਾ ਮੈਂ ਮੰਜੀ ਦਾ ਬਾਣ ਕੱਟਣ ਦਿਆਂ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਧਾਰ ਹੀ ਲਵਾ ਲਿਆ ਕਰ। ਹੈਂ, ਬੇੜਾ ਚੱਟ ਕਰ ਦਿੱਤਾ ਫੜ ਕੇ। ਉਹਨੇ ਖਿੱਚੇ ਨਹੀਂ, ਓਏ ਉਹਨੇ ਕੱਟੇ ਨਹੀਂ ਜਾਂਦੇ ਜਿੰਨੇ ਖਿੱਚੇ ਜਾਂਦੇ ਆ। ਲੈ ਵੀ ਓਕੇ ਹੋ ਗਿਆ, ਓਕੇ ਹੋ ਗਿਆ। ਮੇਰੇ ਵੱਲ ਵੀ ਧਿਆਨ ਦੇ, ਸਵੇਰ ਸਵੇਰ ਦਾ ਟਾਈਮ ਮੁਫਤਾ ਹੀ ਲਾਈ ਜਾਂਦੇ ਆ। ਤੇ ਚਾਹ ਹੀ ਮੰਗਾ ਲਾ, ਤੈਨੂੰ ਪਤਾ ਤੇ ਆ ਸਵੇਰ ਸਵੇਰ ਦਾ। ਚਾਹ ਕੰਮ ਤੋਂ ਆਇਆ ਹਲੇ ਤੇ, ਮੈਂ ਰੁਪਈਆ ਨਹੀਂ ਵੱਟਿਆ, ਤੈਨੂੰ ਕਿੱਥੋਂ ਚਾਹ ਪਿਲਾ ਦਵਾਂ। ਤੂੰ ਹਰ ਕਿਸੇ ਨਾਲ ਤੇ ਮੂੰਹ ਵਟਿਆ, ਰੁਪਈਆ ਤੇ ਤਾਂ ਵਟੇਗਾ ਨਾ, ਕਿਸੇ ਨਾਲ ਹੱਸ ਕੇ ਬੋਲੇਗਾ। ਆ ਮਾੜੀ ਜੀ ਕੈਂਚੀ ਇਸਤੇਮਾਲ ਕਰ ਲਈਏ, ਤੈਨੂੰ ਪਰੇਸ਼ਾਨੀ ਹੋ ਗਈ। ਕੈਂਚੀ ਮੈਂ ਕਿਹੜਾ ਚੋਰੀ ਚੁੱਕੀ ਆ, ਮੁੱਲ ਲਿਆਂਦੀ ਆ, ਆਈ ਸਮਝ। ਮੁੱਲ ਲਿਆਂਦੀ ਆ ਤੇ ਇਸ ਕੰਮ ਤੇ ਪੈਸੇ ਲੈਂਦੇ ਹੋ ਤੁਸੀਂ, ਮੁੱਲ ਲੈ ਕੇ ਆਉਣੀ ਆ ਜਣਾ। ਕਿਹੜੇ ਤੂੰ ਪੈਸੇ ਦੇ ਕੇ ਜਾਂਦਾ, ਅਗਲਾ 150 ਨਹੀਂ ਤੂੰ ਦਿੱਤਾ ਹਲੇ ਮੈਨੂੰ। ਹੈਂ, ਉਹ ਪਿਛਲੀ 15 ਤੇ ਤੈਨੂੰ ਜਦੋਂ ਮੈਨੂੰ ਖਰਚਾ ਮਿਲਿਆ ਪੈਸੇ ਦਿੱਤੇ ਨਹੀਂ ਮੈਂ? ਤੇ ਵਾਲ ਨਹੀਂ ਕੱਟੇ ਤੇਰੇ ਮੈਂ? ਉਹ ਵਾਲ ਕੱਟੇ ਤੇ ਪੈਸੇ ਵੀ ਤੇ ਦਿੱਤੇ ਭਾਈ ਮੈਂ ਤੈਨੂੰ। ਤੂੰ ਮੈਨੂੰ ਇਨਾਮ ਦਿੱਤਾ ਸੀ, ਆ ਕਟਿੰਗ ਦੇ ਪੈਸੇ ਮੈਂ ਮਿਹਨਤ ਕੀਤੀ ਸੀ। ਮੈਂ ਤੈਨੂੰ ਲਾਮਾ ਦੇਣਾ ਸੀ, ਤੂੰ ਬਹੁਤੇ ਲਾ ਤੇ, ਤੈਨੂੰ ਕਹਿ ਥੋੜੇ ਲਾਉਣੇ ਆ। ਇਨਾਮ ਤੈਨੂੰ ਕਾਹਦਾ ਦੇਣਾ, ਛੱਕਾ ਮਾਰਿਆ ਸਿਰ 'ਚ ਮੇਰੇ ਤੋਂ। ਤੇ ਹੁਣ ਕਟਾ ਲਾ ਨਵੇਂ ਸਿਰੇ। ਉਹ ਨਹੀਂ ਭਾਈ, ਹੁਣ ਛੁੱਟੀ ਵਾਲੇ ਦਿਨ ਕਟਾਵਾਂਗੇ, ਹੁਣ ਤੇ ਮੈਂ ਵੈਸੇ ਹੀ ਜ਼ਰਾ ਬੈਠਾ ਸੀ, ਜ਼ਰਾ ਮੈਨੂੰ ਨਾ ਹਿਚਕਚਾਹਟ ਜੀ ਆਉਂਦੀ। ਛੁੱਟੀ ਆ ਫਿਰ ਜੀ, ਹਿਚਕਚਾਹਟ ਘਰ ਦੂਰ ਕਰੀ ਦੀ ਹੁੰਦੀ, ਜਾ ਕੇ ਬੱਚਿਆਂ 'ਚ ਬਹਿਦਾ ਹੁੰਦਾ ਛੁੱਟੀ ਵਾਲੇ ਦਿਨ। ਉੱਠੋ, ਅੱਲਾ ਦੀ ਸਪੁਰਦ ਹੋ ਗਏ। ਉਹ ਭਾਈ ਇੱਦਾਂ ਹੀ ਹੁੰਦਾ, ਕੋਈ ਜਿਹੜੀ ਛੁੱਟੀ ਹੁੰਦੀ ਉਹ ਦੁਕਾਨਾਂ ਦੁਕਾਨਾਂ 'ਤੇ ਬੰਦੇ ਦੀ ਜਾਂਦੀ ਆ, ਕੋਈ ਬਹਿ ਉੱਠ ਕੇ। ਮੇਰਾ ਦਿਲ ਕਰ ਰਿਹਾ ਸੀ ਤੈਨੂੰ ਮਿਲਣ ਨੂੰ, ਕੈਸੀ ਗੱਲ ਆ ਵੀ। ਤੇ ਘਰ ਛੱਡ ਕੇ ਕੋਈ ਦੁਕਾਨ ਕਿਰਾਏ 'ਤੇ ਲੈ ਲਓ, ਉੱਥੇ ਰਹੀ ਜਾਓ ਸਾਰੇ ਜੀ। ਇਹਦਾ ਮਤਲਬ ਕੰਮ ਕਰਾਉਣਾ ਹੋਵੇ ਤਾਂ ਦੇਖੋ ਬਈਏ, ਇਹ ਤੇ ਉੱਦਾਂ ਨਹੀਂ ਤੇਰੇ ਕੋਲ ਬਹਿ ਸਕਦੇ ਸੀ। ਉਹ ਜਿਹੜੀ ਕੀ ਆ ਗੱਲ, ਪਤਾ ਕੀ, ਤੇਰੀ ਆਪਣੀ ਦੁਕਾਨ ਆ, ਲੇਕਿਨ ਥੋੜ੍ਹਾ ਜਿਹਾ ਖਿਆਲ ਵੀ ਕਰੀਦਾ ਹੁੰਦਾ। ਇੱਧਰ ਆ ਮੇਰੀ ਗੱਲ ਸੁਣ। ਅੱਜ ਫਿਰ ਮੈਨੂੰ ਛੁੱਟੀ, ਦੁਕਾਨ ਬੰਦ ਕਰ। ਹੈ, ਦੁਕਾਨ ਬੰਦ ਕਰ ਅੱਜ ਛੁੱਟੀ। ਇੱਕ ਮਿੰਟ ਠਹਿਰ ਜਾ, ਠਹਿਰ ਜਾ ਕੇ ਮਿੰਟ। ਠੀਕ ਹੈ, ਤੂੰ ਤਾਂ ਕਿਤੇ ਕਾਰਪੋਰੇਸ਼ਨ 'ਚ ਹੋ ਗਿਆ, ਆਉਂਦਾ ਹੀ ਸਮਾਨ ਚੁੱਕ ਲਿਆ ਸਾਰਾ। ਨਹੀਂ, ਤੇਰੇ ਕੋਲ ਆ ਜਾਈਦਾ ਰਾਜਾ, 2 ਮਿੰਟ ਕੇ ਗੱਪ ਛੱਪ ਮਾਰਿਆ। ਤੇਰੀ ਭਰਜਾਈ ਕਹਿੰਦੀ ਕਿ ਅੱਜ ਘਰ ਹੀ ਰਹੋ, ਮੈਂ ਕਹਿੰਦੀ ਮੈਂ ਚਾਹ ਚੂਹ ਪੀ ਆਵਾਂ ਰਾਜੇ ਕੋਲੋਂ। ਬਹਿ ਜਾ, ਠੀਕ ਹੈ, ਬਹਿ ਜਾ। ਬਹਿਣਾ ਕੀ ਆ ਯਾਰ, ਉੱਥੇ ਬੈਠਾ ਸੀ ਵੀ ਇੱਥੇ ਕੀ ਆ, ਉੱਥੇ ਕੀ ਤੇ ਇੱਥੇ ਕੀ? ਦੱਸ, ਪਤਾ ਕੀ ਆ, ਕੁਰਸੀ ਖਾਲੀ ਹੁੰਦੀ ਹੈ ਨਾ, ਉਹ ਗਾਹਕ ਸਮਝਦਾ ਵੀ ਰਸ਼ ਘੱਟ ਆ, ਫਿਰ ਗਾਹਕ ਵੀ ਆ ਜਾਂਦਾ। ਉੱਥੇ ਤੂੰ ਬੈਠਾ, ਅਗਲੇ ਨਿਕਲ ਜਾਂਦੇ ਗਾਹ ਵੀ, ਪਤਾ ਨਹੀਂ ਸ਼ਾਇਦ ਕੰਮ ਹੋਣ ਡਿਆ। ਮੈਂ ਕੀ ਕੁਰਸੀ ਤੋਂ ਇੰਨਾ ਇੰਨਾ ਲਮਕਣ ਦਿਆਂ ਕਿ ਬਹੁਤ ਰਸ਼ ਲੱਗਣ ਦਿਆ ਮੇਰੇ ਇਕੱਲੇ ਦੀ ਵਜ੍ਹਾ। ਉਹ ਵੈਸੇ ਹੀ ਆਇਆ ਤੇ ਕੋਈ ਚਾਹ ਪੀਣ ਦਾ ਐਡਾ ਮਜ਼ਾ ਆਉਂਦਾ ਮੈਨੂੰ ਯਾਰ। ਅੱਛਾ ਜੀ, ਨਹੀਂ ਕਿ ਮਜ਼ਾ ਆਉਂਦਾ ਤੇਰੇ ਜਾਣ ਤੋਂ ਬਾਅਦ, ਚਾਹ ਵਾਲਾ ਪੈਸੇ ਲੈਣ ਵੀ ਆਉਂਦਾ, ਇਕੱਲਾ ਮਜ਼ਾ ਨਹੀਂ ਆਉਂਦਾ। ਕਿਉਂ ਨਹੀਂ ਆਉਣਾ ਹੀ ਆ ਭਾਈ, ਉਹ ਕੋਈ ਚਾਹੇ ਪੀਣੀ ਹੈ ਤੇ ਪੈਸੇ ਤੇ ਕਲੀਅਰ ਕਰਨੇ ਆ। ਤੂੰ ਸੁਣਾ ਕਿੱਦਾਂ ਕੰਮ ਕਰੋ, ਬਸ ਸਹੀ ਆ। ਕੰਮ ਕਾਹਦੇ, ਕੀ ਸੁਣਾਵਾਂ ਤੈਨੂੰ? ਤੈਨੂੰ ਬੰਦ ਕਰ ਦੇ। ਬੰਦ ਕਿਉਂ ਕਰਦਾ ਮਾਮਾ, ਮੋਬਾਈਲ ਆ ਇਹ ਬੰਦ ਕਰਦੇ ਆ? ਨਹੀਂ, ਕੰਮ ਹੀ ਨਹੀਂ ਸਹੀ, ਜਦੋਂ ਪੁੱਛੇ ਮਰਨ ਵਾਲੀ ਗੱਲ ਕਰਦਾ ਤੂੰ। ਇਦਾਂ ਹੀ ਲੱਗਦਾ ਅੱਜ ਪੁੱਛਿਆ ਕੱਲ ਨੂੰ ਛੱਡ ਦੇਣੀ ਦੁਕਾਨ, ਫਿਰ ਉੱਥੇ ਹੀ ਢੇਠਾ ਜਾ ਹੋ ਗਿਆ ਬੈਠਾ। ਉਹ ਫਿਰ ਇੱਥੇ ਕਿਹੜਾ ਲਾਈਨਾਂ ਲੱਗੀਆਂ ਵਾ ਤੇਰੇ ਸਾਹਮਣੇ, ਤੇਰੇ ਤੋਂ ਇਲਾਵਾ ਕੋਈ ਆਇਆ ਵਾ? ਹਜ਼ਾਰ ਹੈਗੇ ਤੇਰੇ ਲਾਈਨਾਂ ਵਾਲੇ, ਕੀ ਆਪਰੇਸ਼ਨ ਕਰਾਉਣਾ ਕਿਸੇ ਦਾ? ਯਾਰ ਹੈਗੇ, ਟੈਂਡ ਕਰਨੀ ਹੋਵੇ ਨਾ, 3 ਦਿਨ ਤੋਂ ਉਸ ਤਰ੍ਹਾਂ ਲੱਭਦਾ ਰਹਿੰਦਾ, ਇੰਨੀ ਗਫਟੀ ਉਹਦੇ ਤੋਂ 3 ਦਿਨ ਤੋਂ ਲੱਭਦਾ ਰਹਿੰਦਾ। ਤੇ ਜੇ ਬਹੁਤਾ ਕਾਲਾ ਗਾਹਕ ਆਵੇ ਮੈਂ ਉਹਦੀ ਛਿਤਰਾਂ ਨਾਲ ਵੀ ਕਰ ਦੂੰਗਾ, ਆਈ ਸਮਝ। ਤੂੰ ਰੱਖ ਬੰਦ। ਇਹਦਾ ਮਤਲਬ ਕੁੜੀ ਛੇੜ ਕੇ ਸਿੱਧੇ ਟੇਕੋ ਆਉਂਦੇ ਆ ਕਿ ਜੁੱਤੀ ਨਾਲ ਟੈਂਡ ਕਰਾਉਣ? ਦੇਖੋ, ਕੋਈ ਹੌਲੀ ਗੱਲ ਕਰੋ, ਇਦਾਂ ਦੀਆਂ ਪੁੱਠੀਆਂ ਗੱਲਾਂ ਨਹੀਂ ਕਰਦੀਆਂ। ਪੁੱਠੀਆਂ ਗੱਲਾਂ ਐਵੀਂ ਤੂੰ? ਉਹ ਯਾਰ, ਜਦੋਂ ਇੱਥੋਂ ਲੰਘਿਆ ਸੇਰੀ ਖੁਰਕਦਾ ਹੁੰਦਾ ਤੂੰ। ਉਹ ਫੀਕਿਆ, ਉਹ ਸੇਰੀ ਖੁਰਕਣਾ ਵਾ, ਗਾਹਕ ਤੱਕ ਆਉਣ ਨਹੀਂ ਡਿਆ। ਆ ਤੇਰੇ ਵਾਂਗੂ ਮੁਫਤ ਸਿਰ ਸੁਰ ਬਾਹ ਕੇ ਚੱਲ ਜਾਂਦੀ ਦੁਨੀਆ। ਆਹੋ ਹੈ ਕੀ, ਉਹ ਸਿਰ ਹਮਾਮ ਤੇ ਹੀ ਪਾਉਣਾ ਬੰਦਾ ਜਿਹੜਾ ਘਰੋਂ ਤਿਆਰ ਹੋ ਕੇ ਨਿਕਲਦਾ, ਉਹਨੂੰ ਅਕਸਰ ਇੱਦਾਂ ਲੱਗਦਾ ਕਿ ਪਤਾ ਨਹੀਂ ਮੈਂ ਕੀ ਨਹੀਂ ਕੀਤਾ। ਉਹ ਸ਼ੀਸ਼ੇ ਤੇ ਜਾ ਕੇ ਜਦੋਂ ਇੰਜ ਕਰਕੇ ਐ ਮਾਰਦਾ ਨਾ ਸਰ, ਉਦੋਂ ਵੈਰੀ ਗੁੱਡ ਹੁੰਦਾ ਮਹਿਮਾਨ। ਤੇ ਕਹਿੰਦੇ ਸ਼ੀਸ਼ਾ ਸੌ ਦਾ ਘਰ ਵੀ ਲਿਆ ਕੇ ਰੱਖ ਲਓ। ਹੁਣ ਕਦੋਂ ਦੀਆਂ ਆਪਾਂ ਗੱਲਾਂ ਗਿਆ, ਮਜ਼ਾ ਵਾਲਾ ਗਾਹਕ ਆਇਆ ਹੋਵੇ, ਬੜੀ ਹੱਦਾ ਸੜਕ ਤੋਂ ਗੱਡੀ ਲੰਘਣੀ, ਨੇਰੀ ਨਾ ਛਾਪਰ ਅੰਦਰ ਆਉਣਾ, ਹੋਰ ਕੁਛ ਨਹੀਂ ਅੰਦਰ ਆਉਂਦਾ ਦੁਕਾਨ ਦੇ। ਤੁਹਾਡਾ ਪੈਰ ਹੀ ਇਸ ਕਿਸਮ ਦਾ ਪਿਆ ਵਾ, ਭਾਰਾ ਪੈਰ। ਅਸਲਾਮੁਅਲੈਕਮ ਬਈ। ਵਾਲੇਕੁਮ ਸਲਾਮ। ਤਰਚੁਕ ਵਿਹਲਾ ਹੈਗਾ? ਕਿਉਂ ਯਾਰ, ਪ੍ਰੋਗਰਾਮ ਇੱਕ ਆ ਗਿਆ ਐਮਰਜੈਂਸੀ,
ਰਾਣਿਆਂ ਦੀ ਸ਼ਾਦੀ ਹੈ ਤੇ ਉਹ ਇੱਕਦਮ ਵਰਦੀ ਪਾ ਲਓ, ਤੁਹਾਡੀ ਬੜੀ ਮਿਹਰਬਾਨੀ, ਬੰਦਾ ਘਟਣ ਡਿਆ ਨਹੀਂ ਐਮਰਜੈਂਸੀ ਲੜ ਹਸਪਤਾਲ ਵਾਜਾ ਵਜਾਉਣਾ ਯਾਰ, ਤੂੰ ਤਾਂ ਮਖੌਲ ਹੀ ਕਰਦਾ ਰਹਿੰਦਾ ਯਾਰ, ਲਾ ਜਾ ਨੂੰ ਆਕਸੀਜਨ ਲੱਗੀ ਆ ਵੀ ਕਹਿੰਦੇ ਐਮਰਜੈਂਸੀ ਆ ਗਈ, ਓਏ ਆਕਸੀਜਨ ਨਹੀਂ ਯਾਰ, ਹਰ ਵਾਰੀ ਵਰਦੀ ਵਰਦੀ ਆ, ਮਤਲਬ ਹਰ ਜੰਜ ਚ ਇੱਕ ਮਰ ਜਾਂਦਾ ਤੁਹਾਡੇ ਚ। ਓ ਯਾਰ ਮੇਰੇ ਕਹਿਣ ਦਾ ਮਕਸਦ ਆ ਕਿ ਤੁਹਾਡੇ ਚ ਕੋਈ ਬਿੱਲ ਹੈਗਾ ਵੈਸੇ ਕਿ ਚਪੇੜਾਂ ਖਾਣੀਆਂ ਉਹਨੇ ਬਾਜੇ ਵਾਲਿਆ, ਗੱਲ ਕੀ ਆ ਵਿਹਲਾ ਵਿਹਲਾ ਕਰੀ ਦਾ, ਕੰਮ ਦੀ ਗੱਲ ਦੱਸ। ਗੱਲ ਇਹ ਆ ਬੰਦਾ ਇੱਕ ਘੱਟ ਗਿਆ, ਸਮੁੰਦਰੀ ਦੇ ਮੁੰਡੇ ਆਉਣੇ ਸੀ ਤਮੂਰ ਵਾਲਾ, ਅੱਛਾ ਉਹਦੇ ਨਾਲ ਦੋ ਮੁੰਡੇ ਹੋਰ ਆਉਂਦੇ ਆ, ਯਾਨੀ ਕਿ ਤਮੂਰ ਵਾਲਾ ਘੱਟ ਗਿਆ, ਉਹ ਤਮੂਰ ਵਾਲਾ ਆ ਗਿਆ, ਉਹ ਨਾਲ ਇੱਕ ਮੁੰਡਾ ਉਹਦਾ ਨਾਲ ਲਿਆਉਂਦਾ ਸੀ ਐਕਸਟਰਾ, ਉਹ ਘੱਟ ਗਿਆ ਮਜ਼ਦੂਰ। ਮਜ਼ਦੂਰ ਮਤਲਬ ਕਿ ਲਾੜੇ ਦੇ ਬੂਹੇ ਅੱਗੇ ਕੰਧ ਕਰਨੀ? ਉਹ ਭਾਈ ਮੈਂ ਮਜ਼ਦੂਰੀ ਕਹੀਦਾ ਸੀ ਬੰਦੇ ਜਿਹੜੇ ਫਾਲਤੂ ਪਈ ਆ। ਅੱਛਾ ਅੱਛਾ ਅੱਛਾ, ਕੰਮ ਵਾਲੇ ਦਾ ਕੰਮ ਦੀ ਗੱਲ ਦੱਸ, ਕੀ ਸਿਰ ਨਾ ਖਾ ਸਾਡਾ। ਕੰਮ ਦੀ ਗੱਲ ਇਹੀ ਹੈ, ਮੈਂ ਕਹਿੰਦਾ ਜੰਜ ਐ ਕਰਕੇ ਫੜਕਾ ਕੇ ਆ ਜਾਣੀ ਸੀ, ਬੰਬ ਚਲਾ ਦਈਏ ਵਿੱਚ ਜੱਜ ਫੜਕਾ ਕੇ ਆ ਜੀ, ਇਹ ਦੇਗਾਂ ਜੀ ਜ਼ਹਿਰ ਪਾਉਣਾ ਹੀ ਇਹਨਾਂ ਨੇ, ਉਹ ਭਾਈ ਲਾੜੇ ਦੇ ਕੰਨ ਕੋ ਵਜਾਉਣੀ, ਉਹਦਾ ਪੰਦਾ ਪਾੜਨਗੇ। ਤੂੰ ਇਹ ਭਾਈ ਕੌਣ ਆ? ਉਹ ਫੀਕਿਆ, ਉਹ ਫੀਕਿਆ, ਇਹਦੀ ਗੱਲ ਤੇ ਧਿਆਨ ਨਾ ਦੇ, ਆਲਾ ਫੌਲੀਆ ਬਾਜੀ ਵਾਲਾ ਪਾਗਲ ਹੋ, ਕੌਣ ਆਲਾ ਫੌਲ, ਆਲਾ ਫੌਲੀਆ ਤੂੰ ਆਪਣਾ ਮੂੰਹ ਸਵਾਲ, ਮੈਂ ਤੈਨੂੰ ਦੱਸਾਂ ਮੂੰਹ ਸਵਾਲ, ਐਡਾ ਤੂੰ ਕਿਤੇ ਬਣਿਆ ਆਪਣੇ ਆਪ ਚ ਬਣ ਕੀ ਬਣਿਆ ਤੂੰ, ਅਟੋਲਾ ਕਿਹੜਾ ਕੰਮ ਆ? ਟੋਪੀ ਉੱਤੇ ਲਈ ਨਾ, ਹਾਂ ਲੈ ਲਈ, ਆ ਲੈ ਆ ਲੈ, ਲੱਗਦੀ ਨਹੀਂ ਟੋਪੀ, ਲੱਗਦਾ ਧੁੱਪ ਲੱਗੀ ਆ ਤੇ ਪਾਥੀ ਖੁੱਲ ਗਈ ਆ, ਤੈਨੂੰ ਬਜਾਤਾ ਤੇਰੀ ਹੱਡੀ ਪਸਲੀ ਇੱਕ ਕਰ ਦੇਣੀ ਉਹਨੇ। ਉਹ ਭਾਈ ਤੁਹਾਨੂੰ ਬੁਲਾਉਂਦਾ ਕੌਣ ਉੱਥੇ? ਜਿਹਨਾਂ ਦੇ ਘਰ ਵਿਆਹ ਹੁੰਦਾ ਉਹਨਾਂ ਨੇ ਬੁਲਾਉਣਾ, ਹੋਰ ਸਾਨੂੰ ਫੋੜਾ ਛਿੱਲਣ ਲਈ ਬੁਲਾਉਂਦੇ ਆ? ਭਾਂਡੇ ਧੋਂਦੇ, ਵਿਆਹ ਦੇ ਦੋ ਦਿਨ ਪਹਿਲਾਂ ਹੀ ਸਾਧ ਲੈਂਦੇ ਭਾਂਡੇ ਧੋਂਦੇ, ਉਹਨੇ ਕਿਹੜਾ ਭਾਂਡੇ ਕਦੀ ਧੋਤੇ ਨੀ? ਅਸੀਂ ਸਰੀਨਾ ਦੇ ਵਿੱਚ ਨਾ ਫੜੇ ਗਏ ਸੀ, ਸਰੀਨਾ ਹੋਟਲ ਚ ਵਾਜਾ ਵਜਾਇਆ ਸੀ, ਦਾਖਲਾ ਮਮਨੂ ਆ, ਅਸੀਂ ਮੋਟਰਵੇ ਤੇ ਵਾਜਾ ਵੀ ਵਜਾਇਆ, ਤੈਨੂੰ ਪਤਾ ਮੋਟਰਵੇ ਤੇ ਕਿਹੜੇ ਤੰਬੂ ਲਾਉਂਦੇ ਆ? ਕਿਉਂ, ਅਸੀਂ ਮੋਟਰਵੇ ਤੇ ਜਦੋਂ ਗਏ ਆ, ਆ ਕਲਰ ਘਾਟ ਜਦੋਂ ਲੰਘੇ ਆ ਨਾ, ਅੱਗੇ ਆਉਂਦਾ ਨਾ ਇੱਧਰ ਥੱਲੇ ਸਾਈਡ ਨੂੰ ਉਤਰਦੀ ਹੈ ਸੜਕ, ਉਹਦੇ ਨਾਲ ਹੀ ਨੁੱਕਰ ਤੇ ਜਾਦੀ ਸੀ ਕਿਸੇ ਦੀ, ਮੋਟਰਵੇ ਨਾਲ ਚੱਲਣ ਡਿਆ ਸੀ, ਅਸੀਂ ਵਾਜਾ ਵਜਾਉਣ ਡਿਆ ਸੀ, ਵਜਾਇਆ ਹੋਣਾ, ਰੋਟੀ ਖੋਲੀ ਹੋਣੀ ਉਧਰ ਨੂੰ ਤੱਕਦੇ ਹੋਣੇ ਮਾੜੀ ਨਿਗਾਹ ਨਾਲ, ਉਹਨੇ ਕਿਹਾ ਤੁਸੀਂ ਵਾਜਾ ਵਜਾ ਲਓ, ਅਸੀਂ ਰੋਟੀ ਖਾ ਲਈਏ। ਓਏ ਉਹ ਮਾੜੇ ਇਲਾਕੇ ਦਾ ਵਕੀਲਾ, ਖਮੋਸ਼ ਹੋ ਕੇ ਬਹਿ ਜਾਂਦਾ ਸਾਂ, ਮੇਰੀ ਤੋਰੀ ਗੱਲ ਆ, ਇਹ ਕੌਣ ਆ ਮੁੰਡਾ? ਓਏ ਪਿੰਡ ਦਾ ਹੀ ਆਪਣਾ, ਇੱਥੇ ਖੱਜਲ ਹੁੰਦਾ ਰਹਿੰਦਾ, ਪਿੰਡ ਦਾ ਹੀ ਆ। ਕੀ ਅਸੀਂ ਇਹਦੀ ਸ਼ਕਲ ਆ? ਨਹੀਂ ਮੁੰਡਾ ਚੰਗਾ ਆ, ਫੀਕਾ ਨਾ ਆ ਇਹਦਾ। ਅੱਜ ਇਹਨਾਂ ਨੂੰ ਵਿਆਹ ਬੰਦੇ ਬੁਰੇ ਹੀ ਲੱਗਦੇ, ਇਹਨਾਂ ਨੂੰ ਕੁਵਾਰੇ ਤੇ ਐਂ ਹੀ ਲੱਗਦੇ ਆ ਜਿੱਦਾਂ ਇੱਧਰ ਹੀ ਟੁਕਣਾ ਉਹਨਾਂ ਨੇ। ਆਹ ਬਾਜੀ ਜਿਹੜਾ ਗੱਲ ਤਾਂ ਠੀਕ ਆ, ਚੰਡਾ ਖਾਣ ਨੂੰ ਕਿੰਨਾ ਦਿਲ ਕਰਨ ਡਿਆ ਹੋਏ, ਇਹਨਾਂ ਵਿਆਹ ਹੀ ਬੰਦੇ ਬਹੁਤ ਬੁਰੇ ਲੱਗਦੇ ਨੇ, ਪਤਾ ਹੁਣ ਕਦੋਂ ਵਜਾਉਣਾ ਇਹਦੇ, ਨਿਆਣੇ ਵੀ ਤੇ ਸਾਡੇ ਹੋਣੇ, ਉਹਨਾਂ ਦੀਆਂ ਖੁਸ਼ੀਆਂ ਵੀ ਤੇ ਕਰਨੀਆਂ। ਗੱਲ ਪਤਾ ਕੀ ਰਾਜਾ, ਉੱਥੇ ਦੋ ਚਾਵਾਂ ਮੰਗਾ ਯਾਰ, ਛੱਡ ਦੇ। ਕਿਉਂ ਮੈਂ ਦੋ ਚਾਵਾਂ ਕਿਉਂ ਮੰਗਾ ਲਵਾਂ? ਆ ਯਾਰ ਤਨ ਅੱਛਾ, ਰਾਜਾ ਮੰਗਾ ਦੋ ਚਾਵਾਂ ਤੇ ਰਾਜਾ ਹੀ ਨਾ ਪੀਵੇ, ਸਿਆਣਿਆਂ। ਅੱਛਾ ਯਾਨੀ ਕਿ ਤੁਸੀਂ ਆਪਣਾ ਹਿਸਾਬ ਲਾਇਆ ਵੀ ਦੋਵਾਂ ਲਈ ਮੰਗਾਓ? ਵੇਖ ਤੇ ਸਹੀ ਆ, ਮੈਂ ਦੋ ਚਾਵਾਂ ਮੰਗਾਇਆ, ਇੱਕ ਤੇ ਦੋ ਮੈਂ ਕੰਮ ਤੋਂ ਆ ਕੇ ਤੈਨੂੰ ਪੈਸੇ ਦਿੰਦਾ, ਕੋਈ ਟੈਨਸ਼ਨ ਨਾ ਲੈ, ਤੇ ਹੁਣ ਦੇ ਦੇ ਪੈਸੇ, ਕੀ ਗੱਲ ਤੇਰੀ ਉਮਰ ਲੱਗੀ, ਚੱਲਨੇ ਤੈਨੂੰ ਪਤਾ ਸਮਝੀ ਦਾ, ਕਿਹੜਾ ਮੰਡੀ ਚੱਲਾਂ ਕੇ ਜਾਂਦੇ ਹੀ ਗੱਡੀ ਲੱਦਣੀ ਆ ਤੇ ਮਿਲ ਲਈ ਆ, ਬਾਜਾ ਵਜਾਉਂਦਾ ਕੁੱਤਾ ਪੈ ਗਿਆ, ਉਹ ਗਈ ਦਿਹਾੜੀ, ਕੁੱਤਾ ਤਾਂ ਇੱਥੇ ਵੀ ਪਿਆ, ਮੈਂ ਤੇ ਇੱਥੋਂ ਤਾਂ ਨਹੀਂ ਗਿਆ। ਉਹਨੇ ਦੀ ਬਾਜੇ ਵਾਲਾ ਗੱਲ ਉਹਦੀ ਸਮਝ, ਮਾਰਫਤ ਦੀ ਗੱਲ ਕੀਤੀ ਆ ਉਹਨੇ, ਕੁੱਤਾ ਹੀ ਤੇਰੀ ਪਿੰਨੀ ਬੋਲੀ ਕਰ ਦਵੇ, ਤੂੰ ਉੱਥੇ ਐਂ ਐਂ ਕਰੇਗਾ ਜਾਂ ਹਾਏ ਹਾਏ ਕਰੇਗਾ, ਦੱਸ ਮੈਨੂੰ। ਦੇਖ ਦੇਖ ਕੈਸੀਆਂ ਗਹਿਰੀਆਂ ਗੱਲਾਂ ਕਰਦਾ ਭਾਈ, ਉਹਦੇ ਤੇਜ ਪੱਤੇ ਦੀਆਂ ਦੋ ਚਾਵਾਂ ਮੰਗਾ ਜਲਦੀ ਕਰ। ਇਹ ਗੱਲ ਤੇਜ ਪੱਤੀ ਦੀਆਂ, ਮੋਟੇ ਨਿਕਲਣਾ ਤੂੰ, ਤੇਜ ਪੱਤੀ ਦੀ ਚਾਹ ਮੰਗਾ। ਤੈਨੂੰ ਇਹ ਹੀ ਹੈ ਨਾ ਕਿ ਤੈਨੂੰ ਸੁਸਤੀ ਨਾ ਪਵੇ, ਉਹ ਵੱਡਾ ਆਵਾਜ਼ਾ ਨਹੀਂ ਹੋ ਜਿੱਦਾਂ ਲੋਹੇ ਦਾ ਮੰਜਾ ਚੱਕਿਆ ਹੁੰਦਾ, ਉਹ ਗੱਲ ਚ ਪਾਵੀ, ਉਹਦੇ ਭਾਰ ਨਾਲ ਸੁਸਤੀ ਨਹੀਂ ਪੈਂਦੀ। ਅੱਜ ਕੱਲ੍ਹ ਨਹੀਂ ਉਹ ਸਾਡਾ, ਸਾਡਾ ਕੰਮ ਹੋਰ ਆ, ਸਾਡੇ ਕੋਲ ਫੌਜੀ ਬੈਂਡ ਹੁੰਦਾ ਵਾ, ਉਹ ਬਾਜੇ ਵਾਲਿਆ ਤੇਰੀ ਸੁਸਤੀ ਲੱਗ ਸਕਦੀ ਹੈ। ਉਹ ਕਿੱਦਾਂ? ਤੂੰ ਗੂਠੇ ਦਾ ਨਾਂ ਲਵਾ ਦੇ, ਹਲਕੀ ਜਿਹੀ ਉੱਤੇ ਪਾ ਮਿਰਚਾਂ, ਵੇਖ ਤੇਰੀ ਸੁਸਤੀ ਲੱਗਦੀ। ਸਦਕੇ ਜਾਵਾਂ ਤੇ ਭੁੰਨ ਕੇ ਤੈਨੂੰ ਦੇ ਦੇਵਾਂ।
ਡਾਕੂਆਂ ਦੀ ਵਰਦੀ ਆ ਤੂੰ ਬਾਣੀ ਨੀ ਤੇ ਅਸੀਂ ਬਾਈ ਅਸੀਂ ਤੁਹਾਨੂੰ ਸੌ ਦਿੰਦਾ ਨੱਬੇ ਦੇ ਦਿੰਦੇ ਦਸ ਦਾ ਡਾਕ ਉਦੋਂ ਹੀ ਮਾਰ ਲੈਂਦੇ ਤੁਸੀਂ ਸਾਡੇ ਕੰਮ ਚ ਪੈਸੇ ਆ ਨਾ ਮਾਰ ਸਾਡੇ ਕੰਮ ਦੇ ਪੈਸੇ ਆ ਨਹੀਂ ਕਹੀਦਾ ਬਾਜੀ ਵਾਲਾ ਵੀ ਭਰਾ ਸਾਡਾ ਬਿਜ਼ਨਸ ਆ ਬਿਜ਼ਨਸ ਨਾ ਕਹਿ ਫੂਕਾ ਮਾਰਦਿਆਂ ਤੁਸੀਂ ਬਿਜ਼ਨਸ ਚ ਫੂਕਾ ਵਾਲਾ ਕਿਹੜਾ ਬਿਜ਼ਨਸ ਫੂਕਾ ਉੱਥੇ ਚੁੱਲ੍ਹਾ ਰੱਖਿਆ ਫੂਕਾ ਮਾਰਦੇ ਆ ਬੜੀ ਤਰਤੀਬ ਆ ਇਹ ਇਦਾਂ ਹੀ ਕੌਮ ਲੱਗਦੀ ਜਿੱਦਾਂ ਬੰਗਲਿਆਂ ਦੇ ਸਾਲੇ ਆ ਲਾਈਨ ਚ ਜਾਂਦੇ ਹੁੰਦੇ ਮਜ਼ਾ ਲੈ ਇੱਧਰ ਇੱਧਰ ਹਿੱਲਣ ਤੇ ਵੀ ਕਿਹਾ ਉਹ ਨਹੀਂ ਨਹੀਂ ਉਹ ਵੀ ਕਿਹਾ ਮੱਲੇਦਾਰ ਆ ਆਪਣਾ ਅੱਛਾ ਬਾਜੀ ਵਾਲਾ ਬੰਦਾ ਇੱਕੋ ਹੀ ਘੜਦਾ ਬੰਦਾ ਇੱਕੋ ਮੈਂ ਕਹਿੰਦਾ ਸੱਤਾਂ ਦੀ ਲਾਈਨ ਇੱਧਰ ਸੱਤਾਂ ਦੀ ਇੱਧਰ ਹੋਣੀ ਇੱਧਰ 6 ਹੋਣੇ ਤੇ ਇੱਧਰ ਵੀ ਇੱਕ ਫੜਕਾ ਦਿਓ 6-6 ਇਕੱਠੇ ਹੋ ਜਾਣਗੇ ਚੱਲ ਰਾਜਾ ਤੇਰੀ ਮਿਹਰਬਾਨੀ ਆ ਸੁਸਤੀ ਬੈਂਡੇ ਦੋ ਚਾਵਾਂ ਮੰਗਾ ਆਏ ਉਹ ਮੇਰੀ ਜ਼ਿੰਦਗੀ ਮੇ ਤੁਮ ਬਹਾਰ ਬਣ ਕੇ ਮੇਰੇ ਦਿਲ ਮੇ ਯੂੰ ਹੀ ਰਹਿਣਾ ਤੁਮ ਪਿਆਰ ਪਿਆਰ ਬਣ ਕੇ ਰਾਜਾ ਤੇ ਕੱਪ ਸੀ ਯਾਰ ਮੇਰੇ ਬੱਲੇ 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 ਆ ਰਾਜਾ ਪਹਿਲੇ ਦਮ ਕੀਤਾ ਉਹ ਕੀ ਕੀਤਾ ਵੀ ਇੱਥੇ ਬੈਠਾ ਬਾਜੇ ਵਾਲਾ ਅੱਜ ਹੋਰ ਕੋ ਮੈਂ ਕਿਤੇ ਹੋਰ ਕਿਤੇ ਬੈਜ ਮੈਂ ਜਾ ਕੇ ਔਰ ਤਾਰ ਤੇ ਬੈਜ ਮੈਂ ਇੱਥੇ ਕੋ ਫੁੱਲ ਫੁੱਲ ਲਾ ਤੈਨੂੰ ਲੋਕੀ ਸਲਾਮ ਕਰਨ ਅੱਛਾ 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 ਉਹ ਕੀ ਬਰਕਤ ਪੈਣੀ ਤੇਰੀ ਦੁਕਾਨ ਤੇ ਚਾਹ ਲਾਓ ਰੱਖਿਆ ਜਿਹੜਾ ਸਫਾਈ ਓਏ ਬਲੀ ਉਹ ਤੇਰੀ ਦੁਕਾਨ ਚ ਦੁੱਧ ਪਿਆ ਈ ਦੁੱਧ ਪਿਆ ਵਾ ਪਰ ਕੁੱਤਿਆਂ ਲਈ ਹੈ ਨਹੀਂ ਅੱਛਾ ਜੀ ਆ ਤਾਂ ਤੁੱਤਾ ਨਹੀਂ ਪੀਤਾ ਸਵੇਰ ਦਾ ਔਰ ਨਹੀਂ ਨਹੀਂ ਓਇਆ ਕੀ ਮੇਰੀ ਦੁਕਾਨ ਦੀ ਸੈਟਿੰਗ ਆਮ ਸ਼ਾਂ ਕਰਤੀ ਤੂੰ ਇੰਨਾ ਬੜੀ ਜ਼ਰੂਰੀ ਗੱਲ ਕਰਨੀ ਰਾਜਾ ਇੱਕ ਮੈਂ ਇੰਨੀ ਜ਼ਰੂਰੀ ਤਾਂ ਗੱਲ ਹੈ ਨਹੀਂ ਐਡਾ ਲਾਗੇ ਹੋ ਗਿਆ ਉਹ ਐਡੀ ਜ਼ਰੂਰੀ ਗੱਲ ਹੈ ਤਾਂ ਮੈਂ ਨਾ ਫੋਨ ਤੇ ਕਰ ਲਾ ਤੂੰ ਦੁਕਾਨ 'ਚ ਜੋੜੀ ਕਾਣਿਆਂ ਦੀ ਬਿਠਾਈ ਆ ਮੈਂ ਕੀ ਗੱਲ ਕਰਦੀ ਕਿੰਨਾ ਦੀ ਬੜੀ ਸਿਆਣਿਆਂ ਦੀ ਬਹਿ ਗਈ ਜੋੜੀ ਉਹ ਨਹੀਂ ਨਹੀਂ ਉਹ ਬਾਜੇ ਵਾਲਿਆ ਹੋਰ ਇਹ ਮੁੰਡਾ ਚਾਹ ਆਪਣਾ ਇਮਲੀ ਚਾਹ ਵਾਲਾ ਆ ਮੈਂ ਕਦੋਂ ਸਮਝਿਆ ਟਰੱਕ ਲੈ ਕੇ ਆਇਆ ਚਾਹ ਵਾਲਾ ਆ ਦੇਖ ਤਾਂ ਸਹੀ ਯਾਰ ਤੂੰ ਦੁਕਾਨ 'ਚ ਬਿਠਾਇਆ ਕੀ ਆ ਲੱਗਦਾ ਸਵਾਰੀਆਂ ਵਾ ਬੈਕ ਹੈ ਹੀ ਨਹੀਂ ਕੋਲ ਉਹ ਨਹੀਂ ਹੋਈ ਬਲੀ ਉਹ ਚੁੱਪ ਕਰ ਦੁਕਾਨ ਖਾਲੀ ਕਰ ਰਾਜਾ ਤੇ ਨਾ 100 ਪ੍ਰਾਈਵੇਟ ਗੱਲ ਕਰਨੀ ਹੁੰਦੀ ਆ ਦੁਕਾਨ ਖਾਲੀ ਕਰ ਮੈਂ ਕਿਹੜਾ ਚੂਚੇ ਰੱਖੇ ਦੁਕਾਨ 'ਚ ਦੁਕਾਨ ਮੇਰਾ ਤਾਬੇਦਾਰ ਕਿ ਤੂੰ ਵਿਆਹ ਤੇ ਨਹੀਂ ਨਾਲ ਉਹ ਨਹੀਂ ਦੋਸਤ ਆ ਉਹ ਕਾਹਦਾ ਦੋਸਤ ਆ ਦੋਸਤ ਕੇ ਮੂੰਹ ਮੱਥਾ ਵੇਖ ਕੇ ਰੱਖੀਦਾ ਬੰਦਾ ਇਹੋ ਜੀ ਗੰਦੀ ਟਾਕੀ ਨਾ ਰੱਖੇ ਤੂੰ ਦੋਸਤ ਰੱਖਿਆ ਓਏ ਰਾਜਾ ਆਏ ਹੋ ਮੇਰੀ ਜ਼ਿੰਦਗੀ ਨੇ ਓਏ ਪਾ ਫੀਕਾ ਕਹਿੰਦੇ ਮੈਨੂੰ ਉਹ ਬੰਦਾ ਪੁੱਛੇ ਵੀ ਸਰਦੀ ਸਾਨੂੰ ਵੀ ਲੱਗਦੀ ਉਹਨੇ ਟੋਪੀ ਪਾਈ ਉਹ ਤੁਹਾਡੇ ਚੰਡਾ ਮਾਰਦੀ ਸਰਦੀ ਤੁਹਾਨੂੰ ਉਹ ਤੂੰ ਪਾ ਫੀਕਾ ਨਹੀਂ ਤੂੰ ਪਾ ਫੀਕਾ ਵਾ ਤੈਨੂੰ ਇਹ ਨਹੀਂ ਪਤਾ ਲੱਗਣ ਡਿਆ ਆਏ ਹੋ ਮੇਰੀ ਜ਼ਿੰਦਗੀ ਨੇ ਆਏ ਹੋ ਮੇਰੀ ਜ਼ਿੰਦਗੀ ਮੇ ਤੂੰ ਬਹਾਰ ਬਣ ਕੇ ਮੇਰੇ ਦਿਲ ਮੇ ਯੂੰ ਹੀ ਰਹਿਣਾ ਤੂੰ ਪਿਆਰ ਪਿਆਰ ਬਣ ਕੇ ਓਏ ਰਾਜਾ ਹਿੰਦੁਸਤਾਨੀਆਂ ਇਮਲੀ ਚਾਹੜਾ ਯਾਰ ਮੈਂ ਅੱਜ ਉਹ ਬਣਿਆ ਵਾਂ ਉਹ ਮੇਰੀ ਜ਼ਿੰਦਗੀ ਮੇ ਤੂੰ ਪਿਆਰ ਉਹ ਕਮਲੇ ਉਹ ਬਹਾਰ ਅੱਛਾ ਬੁਖਾਰ ਬੁਖਾਰ ਕਹਿੰਦਾ ਬੁਖਾਰ ਯਾਰ ਇਹਦਾ ਤਾਂ ਖੜਕਾ ਵਜਾ ਵਜਾ ਕੇ ਦੀ ਕੰਨ ਬੋਲੇ ਹੋਏ ਆ ਉਹ ਬਹਾਰ ਬਹਾਰ ਆਏ ਹੋ ਮੇਰੀ ਜ਼ਿੰਦਗੀ ਮੇ ਤੂੰ ਬਹਾਰ ਬਹਾਰ ਬਣ ਕੇ ਅੱਛਾ ਬਹਾਰ ਅਮਰ ਖਾਨ ਨਹੀਂ ਕਿਸੇ ਦੀ ਜ਼ਿੰਦਗੀ ਦੀ ਗੱਲ ਕਰਨ ਦੇ ਆਪਣੇ ਤੇ ਖਜ਼ਾ ਹੀ ਆ ਅੱਛਾ ਮੈਨੂੰ ਇਹ ਦੱਸ ਚਾਹ ਵਾਲਿਆ ਦੁੱਧ ਪਿਆ ਤੇਰੇ ਕੋ ਦੁੱਧ ਤਾਂ ਹੈਗਾ ਪਰ ਉਹ ਟੱਕਿਆ ਕਰ ਕਿਉਂਕਿ ਬਿੱਲੀਆਂ ਫਿਰਨ ਡੀਆਂ ਉਹ ਭਾਈ ਦੁੱਧ ਤੇ ਗੋਸ਼ਟ ਵਿਕਦਾ ਹੀ ਉਦੋਂ ਆ ਜਦੋਂ ਝਾਤੀ ਪੈਂਦੀ ਹੋਵੇ ਹੁਣ ਪਤੀਲਾ ਜਦੋਂ ਢੱਕ ਦੇਣਾ ਤੁਸੀਂ ਤੇ ਦੁੱਧ ਤੇ ਦਿਖਣਾ ਨਹੀਂ ਹਾਂ ਨਹੀਂ ਗਲਤ ਸੀ ਇਹਦੇ ਹੀ ਗੋਸ਼ਟ ਲਵੇਟਿਆ ਵੀ ਬੰਦਾ ਸਮਝਦਾ ਮੁੱਕ ਗਿਆ ਅੱਲਾ ਤੇ ਰੱਬ ਅੱਲਾ ਕਰੇ ਉਹ ਦੁੱਧ ਹੈਗਾ ਹੀ ਓਏ ਹੈਗਾ ਭਾਈ ਚੀਨੀ ਹੈ ਚੀਨੀ ਵੀ ਹੈਗੀ ਆ ਪੱਤੀ ਹੈ ਪੱਤੀ ਵੀ ਹੈਗੀ ਤਬੀਅਤ ਨਹੀਂ ਠੀਕ ਆ ਤੇ ਤਬੀਅਤ ਖਰਾਬ ਆ ਯਾਰ ਤੇ ਜਾ ਕੇ ਤੂੰ ਤਾਂ ਚਾਹ ਬਣਾ ਕੇ ਵੀ ਸਾਡੀ ਤਾਂ ਅੱਲਾ ਵਾਰਸ ਤੁਹਾਨੂੰ ਕਿਹੜੀ ਗੱਲ ਆਹ ਵਾ ਸਹੀ ਕਹਿ ਰਿਹਾ ਵਾ ਇਮਲੀ ਆ ਬਾਜੀ ਵਾਲਾ ਗੱਲ ਸਹੀ ਕਰਨ ਡਿਆ ਕਿੱਥੇ ਗੱਲ ਸਹੀ ਕਰਨ ਨਾ ਬੇਵਕੂਫ ਆ ਆ ਹੁਣ ਕਿਸੇ ਮਾਈ ਕੋਲੋਂ ਛਿੱਤਰ ਖਾ ਕੇ ਆਇਆ ਉਹ ਕਿਉਂ ਆ ਦੇਖਤਾ ਉਹਦੀ ਖੀਰ 'ਚ ਪੈਰ ਪਾ ਤੇ
ਰਾਜਾ ਮੈਂ ਤਾਂ ਬੜੀ ਪ੍ਰਾਈਵੇਟ ਗੱਲ ਕਰਨੀ ਸੀ ਆਪਣੇ ਬਿੱਲ ਦੀ ਡਿਸਕਸ ਸੀ ਪਤਾ ਨਹੀਂ ਕਿੱਥੋਂ ਵਿੱਚ ਆ ਗਿਆ ਯਾਰ ਤੂੰ ਵੀ ਕੋਈ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਉਹ ਬਿੱਲ ਕਹਿਣ ਡਿਆ ਬਿੱਲ ਕਿੰਨਾ ਕ ਆ ਗਿਆ ਹੋਊ ਇਹਨੂੰ ਇੱਕ ਇਹਨਾਂ ਦੇ ਘਰ ਬਲਾ ਵਾ ਇੱਕ ਪੱਖਾ ਵਾ ਉਹਦਾ ਵੀ ਇੱਕ ਪਾਰ ਟੁੱਟਾ ਆ ਹਾਂਜੀ ਤੇ ਨਿਆਣੇ ਇਹਦੇ ਬਾਹਰ ਸੁੱਤੇ ਹੁੰਦੇ ਆ ਕਾਲੇ ਸਿਆਹ ਟੀਟ ਕਾਲੇ ਨਿਆਣੇ ਨੇ ਗਰਮੀਆਂ ਜਾ ਕੇ ਦੇਖ ਨਿਆਣੇ ਨੂੰ ਪਸੀਨਾ ਆਉਣ ਲੱਗਦਾ ਗੁਲਾਮ ਜਾਮਣਾ ਨਾਲ ਡੱਬਾ ਖੋਲਿਆ ਆਹ ਲਾਨਤ ਤੇਰੇ ਬੱਚਾ ਬਸ ਤੂੰ ਵੀ ਐਡਾ ਬਾਜ ਰਿਹਾ ਜਿਸ ਮੁੰਡੇ ਦੇ ਵਰਦੀ ਫਿੱਟ ਪੈ ਇਹਨੂੰ ਕੈਪਟਨ ਕਹਿਣ ਲੱਗ ਪੈਂਦੇ ਉਹ ਬਾਜੀ ਵਾਲੇ ਆਏ ਕੀ ਬਸ ਸਾਡਾ ਕੈਪਟਨ ਹੀ ਹੁੰਦਾ ਲੱਗੇ ਲੱਗਾ ਓਕੇ ਕੈਪਟਨ ਹੀ ਹੁੰਦਾ ਵਾ ਕੈਪਟਨ ਖੇਤ ਸਵਾਈ ਨਹੀਂ ਕਿਹੜਾ ਕੋਈ ਜ਼ਿੰਦਗੀ ਆ ਯਾਰ ਫਜ਼ੂਲ ਜ਼ਿੰਦਗੀ ਯਾਰ ਇਹਨੂੰ ਪੁੱਛ ਕਿੰਨੀ ਦੇਰ ਹੋ ਗਈ ਬਾਜਾ ਵਜਾਉਂਦੇ ਨੂੰ ਕਿੰਨੀ ਦੇਰ ਹੋ ਗਈ ਯਾਰ 27 ਸਾਲ ਹੋ ਗਏ ਕਿੱਡੇ ਕਿੱਡੇ ਅੱਛੇ ਹੋਟਲਾਂ ਦੇ ਅੱਗੇ ਬਾਜਾ ਵਜਾਇਆ ਤੈਨੂੰ ਕੀ ਦੱਸੀਏ ਸਾਰੀ ਜ਼ਿੰਦਗੀ ਹੋਟਲਾਂ ਦੇ ਅੱਗੇ ਵਜਾਇਆ ਅੰਦਰ ਵੜਨ ਦੀ ਹਿੰਮਤ ਨਹੀਂ ਹੋਈ ਵਿਚਾਰੇ ਅੰਦਰ ਦੀ ਗੱਲ ਬੜਨ ਹੀ ਨਹੀਂ ਦਿੰਦੇ ਅੰਦਰ ਚਲ ਜਾਂਦੀ ਹੈ ਤੇ ਉਹਨਾਂ ਨੇ ਬਾਹਰ ਹੀ ਰਹਿਣਾ ਅਸੀਂ 20 ਵਾਰੀ ਲਾੜੇ ਦੇ ਨਾਲ ਅੰਦਰ ਗਏ ਆ ਉਹ ਮੰਗਣ ਗਏ ਆ ਤੁਸੀਂ ਕੰਮ ਆਪਣਾ ਹੀ ਸਹੀ ਆ ਮੈਂ ਮੈਨੇਜਰ ਆ ਇਹ ਬਾਜਿਆਂ ਵਾਲਾ ਨਾਈ ਆ ਤੂੰ ਸਾਰੀ ਉਮਰ ਚਾਹ ਚੱਟਦੇ ਨੇ ਲਾਂਤ ਪਾਈ ਆਪਣੇ ਤੇ ਵੀ ਕੀ ਹਾਲ ਜਿਹੜੇ ਬਾਜ ਮੈਨੇਜਰ ਆ ਇਹ ਅੱਛਾ ਜੀ ਹਾਂਜੀ ਜਿਹੜਾ ਮੁੰਡਾ ਇਹਨਾਂ ਨੇ 12,000 ਦੀ ਤਨਖਾਹ ਤੇ ਲਵਾਇਆ ਵਾ ਉਹਨੂੰ 10,000 ਦਿੰਦਾ ਦੋ ਉੱਤੋਂ ਹੀ ਖਾ ਜਾਂਦਾ ਇਹ ਉੱਤੋਂ ਕਿਤੋਂ ਖਾ ਜਾਂਦਾ ਉਹਦੇ ਸਿਰ ਤੇ ਪਿਆ ਹੁੰਦਾ ਤੇ ਇਹਨਾਂ ਨੇ 150 ਦੇ ਸਕਿਆ ਓਏ ਆਹ ਓਏ ਉਹ ਵੀ ਗਿਆ ਉਹ 150 ਤੋਰ ਤੂੰ ਪਿਛਲੇ ਮਹੀਨੇ 500 ਦੇਤਾ ਸੀ ਤੂੰ ਦੇਣੇ ਸੀ 50 ਬਕਾਇਆ ਕੀ ਉਹ 650 ਬਣਦਾ ਹੀ ਤੇਰਾ ਓਏ ਕਿਹੜੀ ਰਕਮ ਦੱਸਿਆ 650 ਇਹ ਕਿਹੜਾ ਰਹਿੰਦਾ ਇਹ ਹੁੰਦਾ ਬਾਜੇ ਵਾਲਿਆ ਤੈਨੂੰ ਨਹੀਂ ਪਤਾ ਤੁਹਾਡੇ ਜੀ ਹੁੰਦਾ ਵੀ ਸਾਡੇ ਤਾਂ ਨਹੀਂ ਹੁੰਦਾ ਉਹ ਬਾਜੇ ਤੇਰੇ ਵਾਲਾ ਰੌਲਾ ਹੋਰ ਵਾ ਇਹਨਾਂ ਦਾ ਮੈਂ ਤੈਨੂੰ ਬਾਜਾ ਐਡਾ ਬੁਰਾ ਲੱਗਣ ਆ ਮਾਮਾ ਤੁਹਾਡਾ ਕੰਮ ਕੀ ਹੈ ਸਾਰੀ ਦਿਨ ਮਿੱਠਾ ਘੱਟ ਦਵਾ ਜੇ ਲੰਘ ਜਾਣੀ ਤੁਹਾਡੀ ਲਾਨਤ ਤੁਹਾਡੇ ਤੇ ਤੁਹਾਡਾ ਬੜਾ ਸੋਹਣਾ ਕੰਮ ਆ ਤੁਹਾਡਾ ਐਡਾ ਸੋਹਣਾ ਕੰਮ ਆ ਇਧਰੋਂ ਕੰਮ ਕਰੋ ਤੇ ਪੇਮੈਂਟ ਫੜੋ ਤੁਹਾਡਾ ਕੰਮ ਆ ਪਹਿਲਾਂ ਚਾਹ ਬਣਾਓ ਘੰਟਾ ਲਾ ਕੇ ਦੇ ਕੇ ਆਓ ਫਿਰ ਮੁੜ ਕੇ ਪੈਸੇ ਲੈ ਲਓ ਇੱਧਰ ਸਾਡਾ ਕੰਮ ਆ ਤੁਸੀਂ ਗੱਲ ਕਰਾਈ ਆ ਸਾਡੀ ਸਾਨੂੰ ਤਾਂ ਪਤਾ ਨੀ ਕੌਣ ਉਹ ਪੰਜ ਨੀ ਦਿੱਤਾ ਉਹਨਾਂ ਨੇ ਨਹੀਂ ਦਿੱਤਾ ਬੁਸਰਾ ਵਜਾਇਆ ਸੀ ਉਹ ਬੁਸਰਾ ਕਿਹਨੇ ਵਜਾਇਆ ਮੈਂ ਦੱਸਿਆ ਹੁੰਦਾ ਵਾ ਤੂੰ ਇਹਨੂੰ ਲੈ ਲਾ ਹੋਰ ਕੰਮ ਲੈ ਕੇ ਦੇ ਉੱਥੇ 5,00,000 ਰੁਪਇਆ ਹੋ ਗਿਆ ਹੁਣ ਨੀਅਤ ਹੀ ਗੰਦੀ ਆ ਓਏ ਆਨਾ ਨਹੀਂ ਹੋਇਆ ਐਵੇਂ ਡਾਕੂਆਂ ਕੋਲੋਂ ਜੁੱਤੀਆਂ ਨਾ ਪਵਾ ਦੇਈਂ ਕੁਛ ਵੀ ਨਹੀਂ ਨਿਕਲਣਾ ਕੁੱਟ ਕੋਲੋਂ ਦੋਹਰਾ ਕਰ ਦੇਣਾ ਉਹਨਾਂ ਨੇ ਅੱਛਾ ਕੋਈ ਰੌਲਾ ਨਾ ਪਾ ਕੋਈ ਬੰਦੇ ਵੀ ਦੇਖੀ ਤੇ ਹੁੰਦੇ ਬੈਠਿਆ ਕੋਲ 5,000 ਦਾ ਰੌਲਾ ਪਾਤਾ ਤੂੰ ਆ ਵੀ ਕੰਮ ਕਰਦਾ ਬਖਰਾ ਬੁਖਰਾ ਵੀ ਲੈ ਰਿਹਾ ਅੱਜਕੱਲ ਉਹ ਮੈਂ ਵੈਸੇ ਘਰੋਂ ਬਖਰਾ ਹੋਇਆ ਮੈਂ ਕਿੱਥੋਂ ਬਖਰਾ ਉਹ ਬਖਰਾ ਜਿਹੜਾ ਬਾਜੇ ਵਾਲੇ ਕਰਦੇ ਹੁੰਦੇ 13 ਉਹਦੇ 14 ਉਹਦੇ ਉਹ ਗੱਲ ਕਰਨ ਦੇ ਅੱਛਾ ਗੱਲ ਸਾਨੂੰ ਮੈਂ ਸੁਣਿਆ ਮੈਂ ਜਿਹੜੇ ਦੁੱਧ ਬੱਤੀ ਦਾ ਕੰਮ ਕਰਦੇ ਰੰਗ ਚਿੱਟੇ ਹੁੰਦੇ ਤੂੰ ਲੱਗਦਾ ਦੁੱਧ ਵਾਲਾ ਗਾਣਾ ਵੀ ਨਹੀਂ ਸੁਣਿਆ ਕਦੇ ਨਹੀਂ ਸੁਣਿਆ ਮਾਂ ਜਿਹੜੇ ਮੈਰਿਜਰ ਹੁੰਦੇ ਬੜੇ ਖੂਬਸੂਰਤ ਹੁੰਦੇ ਤੇਰੇ ਤਾਂ ਚੁੰਝਰ ਕੋ ਸ਼ਕਲ ਆ ਤੇਰੀ ਹੱਥ ਹੋਰ ਚੁੰਝਾਂ ਲੱਗਣ ਦੇ ਚੁੱਪ ਕਰੋ ਐਵੇਂ ਨਾ ਮੇਰੀ ਦੁਕਾਨ 'ਚ ਖਲਾਰਾ ਜਾਂ ਪਾਓ ਕੋਈ ਗਾਹਕ ਵੀ ਆਉਂਦੇ ਹੋ ਅੱਛਾ ਗੱਲ ਰਹੀ 5,000 ਦੀ ਤੇ ਉਹ ਵੀ ਪਸਤੋਂ ਬੰਦ ਕਰ ਦੇਣੇ 5,000 ਦਾ ਬੰਦੋ ਪਸਤੋਂ ਹੁੰਦਾ ਹਰ ਸ਼ੈ ਪੁੱਠੀ ਕਰੀ ਜਾਂਦਾ ਤਾਂ ਤੇ ਪੈਸੇ ਕਲੀਅਰ ਨਹੀਂ ਹੁੰਦਾ ਕੋਈ ਉਹਦੇ 5,000 ਦਾ ਕਰੀ ਜਾਂਦਾ ਆਜੇ ਖਾਏ ਉਹ ਮੇਰੀ ਜ਼ਿੰਦਗੀ ਮੈਂ ਤੂੰ ਬਹਾਰ ਬਣ ਕੇ ਉਹ ਚੁੱਪ ਕਰ ਬਹਾਰ ਬਣੀ ਹੈ ਤੇ ਬਹਾਰ ਆਟੋਮੈਟਿਕ ਹੋਈ ਆ ਆਉਣ ਡਿਆ ਹੀ ਬੰਦਾ ਅਸਲਾਮ ਅਲੈਕੁਮ ਕੀ ਹਾਲ ਹੈ ਸਲਾਮ ਹਾਲ ਅਲੈਲਾ 5,000 ਆ ਗਏ ਇਹ ਕੌਣ ਆ ਕਹਦਾ 5,000 ਜੀ ਨਹੀਂ ਜੀ ਉਹ ਸਾਡੀ ਆਪਸ ਦੀ ਗੱਲ ਆ ਤੁਸੀਂ ਦੱਸੋ ਕਿੱਧਰ ਇਹ ਆਪਸ ਦੀ ਗੱਲ ਕਰਨ ਮੈਂ ਵੀ ਆਇਆ ਹਾਂ ਅੱਜ ਇਧਰ ਓਏ ਇਧਰੋ ਗੱਲ ਸੁਣੋ ਹਾਂ ਮੇਰੀ ਰਾਜਾ ਸਾਹਿਬ ਤੁਸੀਂ ਦੱਸੋ ਖਾਣਾ ਪੀਣਾ ਕੀ ਭਵਾਨ ਜੀ ਪਹਿਲੇ ਸਾਰੀਆਂ ਗੱਲਾਂ ਛੱਡੋ ਜੋ ਕੁਝ ਖਾਣਾ ਪੀਣਾ ਸੋ ਬੰਨੇ ਕੰਡੇ ਲਾ ਲਿਆ ਵਾ ਚਾਹ ਪੀਣੀ ਤੁਸੀਂ ਦੱਸੋ ਮੈਨੂੰ ਯਾਰ ਮੈਂ ਕੁਝ ਨਹੀਂ ਪੀਣਾ ਹੈਗਾ ਜੂਸ ਪਗਾਵਾਂ ਨਹੀਂ ਆਂਡਾ ਖਾਣਾ ਤੁਸੀਂ ਨਹੀਂ ਜੁੱਤੀਆਂ ਖਾਣੀਆਂ ਇਹ ਭਾਈ ਕੌਣ ਆ ਦੁਕਾਨ ਅੱਗੇ ਬੈਠਾ ਪਿੱਛੋਂ ਦੁਕਾਨ ਹੀ ਬੰਦ ਹੋ ਗਈ ਸਾਰੀ ਭੁੱਲ ਗਿਆ ਕਿ ਇਹ ਭਾਈ ਕੌਣ
ਤੁਸੀਂ ਨੀ ਜਾਣਦੇ ਇਹਨਾਂ ਨੂੰ, ਇਹ ਚਿੜੀਆ ਘਰ ਜਿਹੜਾ ਹਾਥੀ ਨੀ ਵੱਡਾ ਉਹਦਾ ਖਾਲੂ ਆ। ਔਰ ਰਾਜੇ ਤਮੀਜ਼ ਕਰ ਥੋੜੀ ਜੀ, ਇੱਕ ਤੇ ਚੋਰੀਆਂ ਤੋਂ ਸੀਨਾ ਚੋਰੀਆਂ ਕਾਹਦੀ ਚੋਰੀ ਭਾਜੀ, ਤੂੰ ਉੱਥੇ ਰੋਟੀ ਪਕਾ ਕੇ ਆਇਆ ਮੇਰੇ ਵਿਆਹ ਦੇ ਉੱਤੇ, ਤੇ ਵਿਆਹ ਤੇ ਰੋਟੀ ਪਕਾਉਣੀ ਸੀ ਹੋਰ ਮੈਂ ਤਾਂ ਬੰਬ ਚਲਾ ਦਿੰਦਾ। ਨਹੀਂ ਰੋਟੀ ਤਾਂ ਤੂੰ ਪਕਾਈ ਏ, ਕਿੰਨੇ ਬੰਦਿਆਂ ਦੀ ਪਕਾ ਕੇ ਆਇਆ ਤੇ ਕਿੰਨੇ ਬੰਦਿਆਂ ਤੂੰ ਮੈਨੂੰ ਕਿਹਾ ਕਿ ਇਹ ਨਿਜ਼ਾਮ ਹੈਗਾ? ਤੁਸੀਂ ਆਖਿਆ ਸੀ 300 ਬੰਦੇ ਦਾ, ਤੂੰ 300 ਬੰਦੇ ਦਾ ਇੰਤਜ਼ਾਮ ਕਰਕੇ ਆਇਆ ਤੂੰ, ਤੇ 300 ਦਾ ਹੀ ਕੀਤਾ ਸੀ ਇੰਤਜ਼ਾਮ? ਬਕਵਾਸ ਕਰ ਰਿਹਾ, 300 ਬੰਦੇ, 150 ਬੰਦੇ ਨੂੰ ਰੋਟੀ ਪੂਰੀ ਨਹੀਂ ਆਈ। ਭਾਜੀ ਤੁਸੀਂ ਆਪ ਨਹੀਂ ਸੀ ਖਾਣੀ ਫਿਰ? ਤੂੰ ਚੁੱਪ ਕਰ ਭਾਈ, ਤੇਰਾ ਕੋਈ ਲੈਣ ਦੇਣ ਹੈ ਵਿੱਚ? ਓਏ ਜੇ ਸਫਾਈ ਵਾਲਾ ਤਾਂ ਸਫਾਈ ਵਾਲਾ ਬਣ ਕੇ ਰਹਿ। ਉਹ ਸਫਾਈ ਵਾਲਾ ਨਹੀਂ ਭਾਈ, ਰਾਜਾ ਚਾਹ ਵਾਲਾ। ਓਏ ਰਾਜਾ ਹਮਾਮ ਵਾਲਾ ਹੀ ਮਿਲੀ ਚਾਹ ਵਾਲਾ ਯਾਰ, ਆਏ ਹੋ ਮੇਰੀ ਜ਼ਿੰਦਗੀ ਮੈਂ ਤੂੰ ਬਹਾਰ ਬਣ ਕੇ। ਨਹੀਂ ਤੇ ਹੁਣ ਤੂੰ ਮੈਨੂੰ ਚਾਹ ਇਹਨਾਂ ਕੱਪਾਂ 'ਚ ਪੈ ਗਿਆ ਜਿੱਥੋਂ ਉਂਗਲਾਂ ਪਾਈ ਫਿਰਦਾ। ਤੁਹਾਨੂੰ ਪੁੱਛੀ ਨਹੀਂ ਚਾਹ ਉਹਨਾਂ ਨੇ? ਪੁੱਛੀ ਤੇ ਹੈ ਵੇ ਡੋਰਾਂ ਸੇ ਕੰਨਾਂ ਤੋਂ। ਉਹ ਤੁਸੀਂ ਦੱਸੋ, ਤੁਹਾਨੂੰ ਮੈਂ ਦੂਸਰੇ ਉੱਚ ਲਿਆ ਦੇਣਾ ਲੋਟਾ ਜਾਂ ਕੀ ਹੁੰਦਾ ਉਹਦੇ 'ਚ? ਓਏ ਲੋਟਾ ਕੀ ਹੁੰਦਾ ਓਏ? ਕੀ ਹੋਇਆ? ਲੱਤ ਚੁੱਕੇ ਉਹ, ਤੇਰਾ ਬੇੜਾ ਤਰ ਗਿਆ, ਤੇਰਾ ਬੇੜਾ ਤਰ ਗਿਆ। ਓਏ ਇਮਲੀ, ਆ ਤੂੰ ਕੈਸੀ ਕੂਕ ਮਾਰੀ ਆ, ਮਹੱਲੇ ਵਾਲੇ ਸਿਰ ਹੋ ਗਏ ਸਾਡੇ। ਉਹ ਵੀਰੇ ਮੈਨੂੰ ਇੰਝ ਲੱਗਾ ਜਿੱਦਾਂ ਮੇਰੇ ਤੇ ਮਕਾਨ ਡਿੱਗ ਪਏ। ਅੱਛਾ ਇਹ ਨਾਲ ਦੁਕਾਨ ਦੇ ਪਿੱਛੇ ਕੋਈ ਸਟੇਸ਼ਨ ਵੀ ਹੈ? ਕਿਉਂ ਕੀ ਗੱਲ? ਲੱਗਦਾ ਟ੍ਰੇਨ ਲੰਘੀ ਹੈ ਤੇ ਬੋਗੀ ਇੱਧਰ ਆ ਗਈ ਆ। ਓਏ ਨਹੀਂ ਬੋਗੀ ਨਹੀਂ, ਇਹ ਆਪਣੇ ਮਹੱਲੇ ਦੀ ਸ਼ਾਨ ਆ। ਪਾਗੋਗੀ? ਹਾਂ ਤੇ ਇਹਦਾ ਖਾਨਦਾਨ ਵੀ ਇਹ ਤੋਂ ਪਰੇਸ਼ਾਨ ਆ। ਓਏ ਮੈਨੂੰ ਗੱਲਾਂ ਗੁੱਲਾਂ ਦਾ ਸੁਣਾ ਰਾਜਾ, ਮੈਨੂੰ ਹਿਸਾਬ ਦੇ ਹਿਸਾਬ, ਤੂੰ ਕਿੰਨਾ ਕੁ ਰਾਸ਼ਨ ਪਾਣੀ ਉਹਦੇ 'ਚ ਪਾਇਆ ਵਾ? ਕਿਉਂ ਨਹੀਂ 300 ਬੰਦੇ ਨੂੰ ਪੂਰਾ ਆਇਆ ਖਾਣਾ? 150 ਬੰਦਿਆਂ ਵਿੱਚ ਭੁੱਖਾ ਗਿਆ। ਉਹ 150 ਨੂੰ ਕਿੱਥੇ ਪੂਰੇ ਹੋਣਾ ਭਾਈ, ਹੁਣ ਪਲਾਟ ਵੀ ਤੇ ਵੇਖੋ ਨਾ ਆਪਣੇ ਤੁਸੀਂ। ਉੱਥੇ ਮਲਬਾ ਜਦੋਂ ਜਾਣਾ ਪਿੱਛੋਂ ਘਟਣਾ ਹੀ ਆ। ਇਹ ਖੁਰਪਾ ਜਿਹਾ ਤੇਰੇ ਨਾਲ ਸੀ, ਮੈਨੂੰ ਲੱਗਦਾ ਕਿ ਇਸ ਚੋਰੀ 'ਚ ਇਤਨਾ ਇਹ ਵੀ ਡੱਡੂ ਸ਼ਾਮਲ ਆ। ਉਹ ਮੈਂ ਦੱਸੋ ਵੀ ਕੀ ਆ? ਖੁਰਪਾ ਨਹੀਂ ਰਾਜਾ, ਕੀ ਹੋ ਬਾਜਿਆਂ ਵਾਲਾ ਭਾਈ, ਉਹ ਮੇਰੇ ਤੇ ਗੱਲ ਪਾਈ ਜਾਂਦਾ ਤੂੰ? ਹਾਂ ਤੇ ਖੁਰਪਾ ਕਹਿੰਦੇ ਆ। ਪਰ ਨਾਲੇ ਵੀ ਕਿ ਮੈਂ ਦੱਸ, ਜਿਹੜੀ ਆਪਾਂ ਉੱਥੇ ਰੋਟੀ ਤਿਆਰ ਕੀਤੀ ਸੀ, ਹਾਂ ਉਹ 300 ਬੰਦੇ ਦੀ ਨਹੀਂ? ਸਮਾਨ ਤੇ ਮੈਂ ਹੀ ਸਾਰਾ ਲਿਖਿਆ ਸੀਗਾ। ਤੂੰ ਹੱਥੀ ਲਿਖਿਆ ਸੀ? ਹਾਂਜੀ ਬਿਲਕੁਲ। ਤੇ ਪਕਾਇਆ ਮੈਂ ਹੀ? ਬਿਲਕੁਲ। ਤੂੰ ਦੇਗਾ ਪੂਰੀਆਂ ਸੀ? ਹਾਂ 13 ਦੇਗਾ ਪੂਰੀਆਂ ਸੀ। ਤੇ ਤੂੰ ਹੀ ਛੁੱਟੀ ਕਰ ਲੈਂਦਾ ਉਸ ਦਿਨ ਪਹੁੰਚਾ? ਓਏ ਗੱਲ ਸੁਣ ਮੇਰੀ, ਤੂੰ ਤੜਾਕ ਦੀ ਗੱਲ ਕਰਨਾ ਰਾਜਾ, ਰਾਜਾ ਆਪਣੇ ਔਕਾਤ 'ਚ ਰਹਿ ਤੂੰ, ਤੈਨੂੰ ਉੱਥੋਂ ਦੀ ਗੱਲਾਂ ਆਉਂਦੀਆਂ ਨੇ। ਓਏ ਤੂੰ ਮੇਰੀ ਗੱਲ ਸੁਣ, ਤੂੰ ਕਿਹੜਾ ਹਿਸਾਬ ਲਿਖਿਆ? ਤੇਰੂ ਆਖਿਆ ਜੀ ਮੈਂ ਪੂਰਾ ਲਿਖਿਆ। ਉਹ ਭਾਈ ਉੱਥੇ ਚੁੱਲ੍ਹਿਆਂ ਦੀਆਂ ਇੱਟਾਂ ਵੀ ਘੱਟ ਗਈਆਂ ਸੀ, ਇਹ ਥੱਲੋਂ ਕੱਢ ਕੇ ਲੈ ਗਿਆ, ਕਹਿੰਦਾ ਵਿਆਹ ਵਾਲੇ ਦਿਨ ਅੱਡੀਆਂ ਕੂਚਣੀਆਂ ਮੈਂ। ਕਹਿੰਦੇ ਕੀ ਹੋ ਗਿਆ ਭਲਵਾਨ, ਤੂੰ ਸਾਡਾ ਹੀ ਲੜੀ ਜਾਣ ਡਿਆ? ਨਹੀਂ ਲੜੀ ਕੀ ਜਾਣ ਡਿਆ ਵਾ, ਉੱਥੇ ਸਾਰੀ ਬਰਾਦਰੀ 'ਚ ਸਾਰੀ ਮੇਰੀ ਨੱਕ ਵੱਢੀ ਗਈ ਹੈ। ਪਿਛਲੇ ਹਫ਼ਤੇ ਦੀ ਪੂਛ ਵੱਢੀ ਗਈ ਸੀ। ਓਏ ਉਹ ਨਹੀਂ ਉਹ ਰਾਜਾ, ਹੌਲੀ ਹੌਲੀ ਫਿਰ ਬੰਦਿਆਂ 'ਚ ਰਲ ਰਿਹਾ, ਸਾਈਡਾਂ ਲਾ ਮਿਕਸ ਹੋ ਰਿਹਾ। ਰਾਜਾ ਨਾਖ ਜਾ, ਉਹਦਾ ਹੱਥ ਬਹੁਤ ਭਾਰਾ, ਅੱਗੇ ਦੇਖ ਉਹਨੇ ਮੇਰਾ ਪੈਰ ਸਟਿੱਕਰ ਵਰਗਾ ਕਰ ਦਿੱਤਾ ਭਾਰ। ਨਹੀਂ ਹੱਥ ਭਾਰਾ, ਮੈਂ ਕਿਹੜਾ ਕੋ ਪਿੰਨੀਆਂ ਘਟਾਉਣੀਆਂ ਵਾ? ਨਹੀਂ ਰੋਟੀ ਇੱਕ ਅੱਧੇ ਬੰਦੇ ਦੀ ਤੇ ਭਾ ਥੋੜਦੀ। ਓਏ ਜਨਾਬ, ਤੁਹਾਡਾ ਕੈਮਰਾਮੈਨ ਤੁਹਾਡਾ, ਤੁਹਾਡੇ ਕਹਿਣ ਤੇ ਮੈਂ ਲਿਆ, ਡੀਜੇ ਦਾ ਤੁਹਾਡੇ ਕਹਿਣ ਤੇ ਲਿਆ। ਅੱਛਾ, ਉਸ ਤੋਂ ਬਾਅਦ ਕੀ ਹੈ ਵਾਜਿਆਂ ਵਾਲਾ, ਇਹ ਮੈਂ ਨਾਲ ਲਿਆ, ਫਿਰ ਰੋਟੀ ਥੋੜੀ ਹੋਣੀ ਆ, ਫਿਰ ਰੋਟੀ ਥੋੜੀ ਹੋਣੀ। ਹੈਲੋ, ਇਹ ਨਾਲ ਬੰਦਾ ਕਹਿ ਰਿਹਾ ਰੋਟੀ ਥੋੜੀ ਥੋੜੀ ਹੋਣੀ ਆ, ਵਾਜਿਆਂ ਵਾਲਾ ਸੀ ਨਾ, ਫਿਰ ਥੋੜੀ ਹੋਣੀ। ਕਿੰਨੇ ਬੰਦੇ ਭਾਈ? ਪੂਰਾ ਪਿੰਡ ਵਜਾਉਂਦੇ ਆ ਅਸੀਂ ਉੱਥੇ। 35 ਬੰਦੇ ਦੇ ਆਪਣੇ ਸਨ। ਉਹ ਕਿਹੜੇ 35 ਬੰਦੇ? ਮੈਂ ਤੇ ਹੁਣ ਵੀ ਇੱਕ ਬੰਦੇ ਨੂੰ ਦੱਸਣ ਡਿਆ, ਤੂੰ 35 ਬੰਦੇ ਬਣਾਉਣ ਡਿਆ? ਝੂਠ ਬੋਲਣਾ, ਮੈਂ 35 ਬੰਦੇ ਤੇਰੇ ਆਪਣੇ ਸੀ। ਸਾਡੇ 5 ਸੀ, 30 ਤੁਸੀਂ ਸੀਗੇ, ਤੂੰ ਸੀ 30 ਉੱਥੇ ਨਾਲ, ਜਿਹੜਾ ਉਹ ਸ਼ਾਇਦ ਤੂਤਣੀ ਜਾ ਰਹੇ ਸੀ ਪਿੱਛੇ, ਤੁਹਾਡਾ ਬੋਰਾ ਬੰਦੇ ਸੀ। ਦੇਖ ਕਿੱਦਾਂ ਤਾਈ ਹੈ, ਤੂਤਰੀ ਕਹਿਣ ਡਿਆ ਆ ਫਿੱਟੇ ਨੂੰ। ਓਏ ਉਹਦੇ ਨਾਲ ਕਲੈਂਟ ਆਏ, ਉਹ ਵੱਡੇ ਲੋਕ ਵਜਾਉਂਦੇ ਆ। ਕਲੈਂਟ ਤਾਂ ਮੈਂ ਤੇਰਾ ਸਾਂ, ਮੈਂ ਪੈਸੇ ਦੇਣੇ ਸਨ। ਲੈ ਉਹ ਕਲਾਇੰਟ ਨਹੀਂ ਕਹਿਣ ਡਿਆ, ਉਹ ਭਰਾ ਬੱਬਰ ਕਲਾਂਟ 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 ਰਾਜਾ ਮੰਨਣਾ ਮੰਨ, ਉਹ ਜਿਹੜਾ ਪਿੱਛੇ ਬੋਰਾ ਇਹ ਨਹੀਂ ਬੰਨੇ ਜਿਹੜਾ ਕਲਾਇੰਟ ਕਹਿੰਦੇ ਨੇ, ਉਹਦੇ 'ਚ ਘੱਟੋ ਘੱਟ 150 ਨਾਣੇ ਨਾਲ ਲੁਕਾਇਆ। ਬੇੜਾ ਗਰਕ ਹੋ ਗਏ, ਕਿਹਨਾਂ ਨੇ ਭੇਜ ਦਿੱਤਾ, ਕਿਹਨਾਂ ਨੇ ਭੇਜਿਆ ਤੂੰ? ਉਹ ਜਿਹੜੇ ਸਾਡੇ ਹਜ਼ਾਰਾਂ ਦੇ ਨਾਂ ਹੀ ਸਹੀ ਨਹੀਂ ਲੈਣ ਦੇ। ਹਜ਼ਾਰਾਂ ਨਾਂ ਕੀ? ਇੱਕ ਤੇ ਬੰਦਾ ਤੋਬਾ ਤੋਬਾ ਤੋਬਾ, ਉਹ ਜਿਹੜੇ ਇੱਕ ਅੱਗ ਤੇਜ਼ ਕਰਾਂ ਦੀ ਫੂਕਣੀ ਨਹੀਂ ਸੀ ਵਜਾਉਣ ਡਿਆ?
ਉਹ ਤੇ ਇਧਰੋਂ ਫੂਕ ਨੀ ਵਜਾਉਂਦਾ ਸੀ, ਇਧਰੋਂ ਇੱਕ ਬੁਰਕੀ ਲਾਉਂਦਾ ਸੀ, ਇਧਰ ਫੂਕ ਨੀ ਵਜਾਉਂਦਾ, ਇਧਰ ਬੁਰਕੀ ਲਾਉਂਦਾ ਸੀ। ਇਹਨਾਂ ਨੇ ਸਾਡੇ ਕਾਰਾਂ ਦਾ ਨਾਂ ਸਹੀ ਨੀ ਲੈਣਾ ਹੈਗਾ। ਅੱਛਾ ਜੀ, ਤੈਨੂੰ ਪਤਾ ਜਦੋਂ ਰੋਟੀ ਖਾਧੀ ਹੈ ਇਹਨੇ, ਹਰ ਬੰਦਾ ਤੀਲੀਆਂ ਮਾਰ ਰਿਹਾ ਸੀ, ਇਹ ਉਹ ਅੱਗ ਕੱਢਣ ਵਾਲਾ ਵੇਲਚਾ ਦੰਦਾਂ ਜੋ ਰਿਹਾ। ਦੇਖ ਉਹ ਯਾਰ, ਉਹ ਤੁਸੀਂ ਅੱਛਾ ਨਾਲੇ ਗੱਲ ਸੁਣ ਚੋਰੀ, ਗੱਲ ਪਤਾ ਕੀ ਆ, ਆ ਬਾਜੀ ਵਾਲਾ ਵੀ ਬੈਠਾ ਮੂੰਹ ਨੂੰ ਗੱਲ ਕਰੋ, ਉਹ ਮੇਰੇ ਕੋਲ 5000 ਮੰਗੀ ਜਾਣ ਡਿਆ, 5000 ਮੰਗਦਾ ਪਿਆ ਵਾ। ਇਹ ਉਹ ਤਾਂ ਸੁਣ ਲੈ, ਉਹ ਜਿਹੜਾ ਨਾਲ ਇਹਨਾਂ ਦਾ ਨਹੀਂ, ਉਹਨਾਂ ਦਾ ਜਿਹੜਾ ਨਾਲ ਇੱਧਰ ਡਾਂਗ ਘੁਮਾਣ ਵਾਲਾ ਹੁੰਦਾ, ਛੋਟੀ ਵਾਲਾ ਮੇਜਰ, ਮੇਜਰ ਸਾਡਾ ਮੇਜਰ ਛੋਟੀਆ, ਤੁਸੀਂ ਬਾਂਦਰ ਤਮਾਸ਼ਾ ਵਾਹਦੇ ਹੋ, ਛੋਟੀ ਵਾਲਾ ਨਾਲ ਦੇਖ ਲਾ, ਦੇਖ ਲਾ ਉਹਦੀ, ਉਹ ਜਾ ਕੇ ਚੁੰਝ ਜੀ ਲੱਗੀ ਹੁੰਦੀ ਆ ਉਹਦੇ ਨਾਲ, ਇੰਜ ਕਰਕੇ ਮੈਂ ਵੇਖਿਆ ਉਹਨੇ ਟੇਬਲ ਤੋਂ ਦੋ ਵਾਰੀ ਨਾਨਾ ਦੇ ਛਾਪਰ ਚੁੱਕੇ ਆ। ਉਹ ਕਿੱਦਾਂ ਉਹ ਡਾਂਗ ਦੇ ਨਾਲ ਇੰਜ ਕਰਕੇ ਇੰਜ ਘੁਮਾਉਂਦਾ ਸੀ ਤੇ ਕਰਤਬ ਵਹਾ ਕੇ ਨਾਲ ਛਾਂ ਕਰਕੇ ਝੂਠਾ ਸਾਰ, ਬੈਗ ਦੇ ਵਿੱਚ ਕੋਈ ਛਾਪਰ ਨਿਕਲਿਆ, ਸੁਣ ਲਓ ਦੋ ਗੈਂਡੇ ਆ। ਉਹ ਤੈਨੂੰ ਹਿਸਾਬ ਦਾ ਨੀ ਪਤਾ, ਝੂਠ ਬੋਲਣ ਡਿਆ। ਓਏ ਤੁਸੀਂ ਬਾਜਾ ਵਜਾਉਣ ਗਏ ਸੀ, ਕਿਥੇ ਲੰਗਰ ਲੁੱਟਣ ਗਏ ਸੀ? ਹੈ ਕੋਈ ਸ਼ਰਮ ਹੋਇਆ, ਚੁਕਨਾਇਜ਼ਰ ਇਹਨਾਂ ਦੇ ਆਪਣੇ 12 ਸਨ। ਲੈ ਚੁਕਨਾ ਯਾਰ, ਪੂਰਾ ਟੱਬਰ ਹੀ ਗਿਆ ਸੀ, ਸੁੱਟਿਆ ਹੀ ਨਹੀਂ ਹੋਣਾ ਜਿੰਨਾ। ਮੈਂ ਤਾਂ ਹੈਰਾਨ ਆ ਵੀ 12 ਸੀ ਬੰਦੇ, ਪੈਸੇ ਬੰਨਣ ਵਾਲੇ ਤੇ ਹੋਰ ਕੀ, ਨਿੱਕੇ ਨਿੱਕੇ ਘਰੋਂ ਬੱਚੇ ਤੱਕ ਲੈ ਕੇ ਆਏ ਹੋ ਸਨ ਆਪਣੇ। ਓਏ ਤੁਸੀਂ ਬਾਜਾ ਨਾਨਕਿਆਂ ਦਾ ਵਜਾਉਣ ਗਏ ਸੀ, ਬੱਚੇ ਵੀ ਲੈ ਗਏ ਨਾ? ਕਿੱਥੋਂ ਬੱਚੇ ਲਿਆਂਦੇ ਨਾਲ? ਇੱਕ ਬੰਦੇ ਨੇ ਸਿਰ ਤੇ 100 ਰੁਪਇਆ ਰੱਖਿਆ, ਅਸੀਂ ਇਹਨੂੰ ਪੌੜੀ ਲਾ ਕੇ ਉੱਤੇ ਚੜਾ ਕੇ ਬੰਦਾ ਫੜ ਕੇ 100 ਰੁਪਇਆ ਲੈ ਕੇ ਆਇਆ। ਲੈ ਵੀਰ ਅੱਜ ਤੈਨੂੰ ਇੱਕ ਹੋਰ ਗੱਲ ਦੱਸਾਂ, ਉਹ ਮੱਛਰਦਾਨੀ ਹੁੰਦੀ ਸੌਣ ਵਾਲੀ, ਆਹੋ, ਉਹ ਇੱਕ ਬੱਚੇ ਨੂੰ ਫੜ ਕੇ ਵਜਾਇਆ, ਮੈਂ ਕਿਹਾ ਕਿੱਥੋਂ ਆਇਆ, ਕਹਿੰਦਾ ਮੈਂ ਬਾਜੇ ਵਾਲੇ ਦਾ ਪੁੱਤਰ ਹਾਂ ਤੇ ਉਹਦੀ ਮੱਛਰਦਾਨੀ ਲੈ ਕੇ ਘੁਮਾ ਕੇ ਵਿੱਚ ਸਾਰੀ ਵੇਲ ਲੁੱਟ ਲੈਂਦਾ ਸੀ। ਓਏ ਨਾਲ ਤੂੰ ਮੁੰਡੇ ਵੀ ਰੱਖੇ ਆਏ, ਮਾੜੀ ਗੱਲ ਆ ਫੇਰ, ਨਾਲੇ ਕੋਈ ਗੱਲ ਨਹੀਂ, ਮੋਟਿਆ ਗੱਲ ਸੁਣ, ਓਏ ਬਕਵਾਸ ਕੀ ਕਰਨੇ, ਮੋਟਿਆ ਕੀ, ਮੈਂ ਕੀ ਤੇਰਾ ਤਾਏ ਦਾ ਮੁੰਡਾ ਵਾ, ਮੋਟਿਆ ਮੋਟਿਆ ਲੱਗਾ ਤਾਈ ਆ, ਹੁਣ ਤੂੰ ਤਾਲਬ ਸਾਹਿਬ ਕਹਿਣ। ਇੱਕ ਮਿੰਟ, ਆ ਬਾਵਾ ਖੋਲ ਲੈ, ਜਦੋਂ ਬੱਕੀ ਚ ਠੁੱਡਾ ਉਹਨੇ ਮਾਰਨਾ ਉਦੋਂ ਐਂ ਦੀ ਕਰੀ। ਅੱਛਾ ਜੀ, ਪਤਾ ਖੋਲ ਕੇ ਰੱਖ, ਸ਼ਰਮ ਹਜਾਈ ਨਹੀਂ ਦੀ, ਉਹ ਜਿਹੜਾ ਉਹ ਐਡਾ ਵੱਡਾ ਜਿਹਨੇ ਪਤੀਲਾ ਜਿਹਾ ਲਾਇਆ ਸੀ ਵਾਜਾ ਜਿਹਾ, ਉਹਨੇ ਇੰਜ ਕਰਕੇ ਘੁਮਾਇਆ ਤੇ ਅੱਧੀ ਦੇਖਦਾ ਸਾਲਾਂ ਉਹਦੇ ਵਿੱਚ ਗਿਆ, ਮੈਂ ਖੁਦ ਵੇਖਿਆ ਪਤੀਲਾ। ਇਹਦੇ ਕੋਲ ਸਾਰੀਆਂ ਗੱਲਾਂ ਸਿੱਧੀਆਂ ਕਰਾਓ, ਮੈਂ ਚੱਲਾ, ਇਹ ਸਾਡੇ ਭਾਂਡਿਆਂ ਵੀ ਸਹੀ ਨਾਲ ਲੈਂਦੇ ਯਾਰ, ਭਾਂਡੇ ਆਪੇ ਕਹਿ ਰਿਹਾ, ਭਾਂਡੇ ਸਾਡੇ ਬੱਚੇ ਜ਼ਖਮੀ ਕੀਤੇ ਛੋਟੇ ਛੋਟੇ ਇਹਨਾਂ ਨੇ, ਜ਼ਖਮੀ ਉੱਤੇ ਸੀ ਫਾਇਰਿੰਗ ਕਰਨ ਡਿਆ ਸੀ, ਫਾਇਰਿੰਗ ਕਰਨ, ਉਹ ਬਰਾਤ ਇੰਜ ਆਈ ਆ, ਇਹ 12 ਜਣੇ ਇੱਧਰ ਤੇ 12 ਜਣੇ ਇੱਧਰ ਖਲੋਤੇ ਨੇ, ਉਹ ਬੱਚੇ ਥੋੜੇ ਕਿਧਰੇ ਲੰਘੇ ਨੇ, ਵਿੱਚ ਤੁਹਾਨੂੰ ਪਤਾ ਇਸਤਕਬਾਲ ਜਦੋਂ ਹੁੰਦਾ ਤੇ ਇੱਕ ਵਿੱਚ ਉਹਨਾਂ ਦੇ ਖਲੋਤਾ ਸੀ, ਉਹ ਥੋੜੀਆਂ ਲੈ ਕੇ ਵਜਾਉਣ ਡਿਆ ਸੀ, ਉਹ ਬੱਚੇ ਦੀ ਕੁੱਟਣ ਡਿਆ ਸੀ। ਓ ਭਾਈ ਤੇਰਾ ਬੇੜਾ ਗਰਕ ਹੋਵੇ, ਓ ਛੈਣੇ ਹੁੰਦੇ ਛੈਣੇ, ਓ ਮੰਨ ਗਿਆ, ਥੋੜੀਆਂ ਤੇ ਛੈਣੀਆਂ ਨਾਲ ਹੀ ਫਿਰਦਾ, ਉਸੇ ਤੇ ਤੇਰਾ ਮਜਸਮਾ ਬਣਾਉਂਦਾ ਸੀ, ਉਤੇ ਥੋੜੀਆਂ ਛੈਣੀਆਂ ਨਾਲ ਸ਼ੁਰੂ ਹੋਏ ਸੀ। ਓ ਯਾਰ ਭਾਈ, ਰੁਪਈਆ 5000 ਆ, ਐਵੇਂ ਇੱਥੇ ਲੜਾਈ ਹੋ ਗਈ ਤੇ ਉੱਤੇ ਬਹੁਤੇ ਲੱਗ ਗਏ, ਲੜਾਈ ਵਾਲੀ ਕਿਹੜੀ ਗੱਲ ਆ, ਤੁਹਾਡੀ ਟੈਨਸ਼ਨ ਨਹੀਂ ਮੁੱਕਣੀ ਹੈਗੀ, ਮੈਂ ਤੇ ਚੱਲਾਂ, ਮੇਰਾ ਕਿਉਂ ਚੱਲਣਾ ਬਾਈ ਤੂੰ, ਓ ਡਿਊਟੀ ਟਾਈਮ ਆ, ਸਵੇਰੇ ਮਿਲ ਟਾਈਮ ਤੇ ਗੱਡੀ ਆਉਂਦੀ, ਨਿਕਲਣਾ ਹੁੰਦਾ ਸਵੈਟਰ ਸੂਟਰ ਪਾ ਕੇ, ਪੈਂਟ ਪਾ ਕੇ, ਥੱਲੇ ਬੂਟ ਪਾਏ, ਐਡਾ ਤੂੰ ਮੌਸਸ ਕਿਸਮ ਦਾ ਚੋਰ ਭਾਈ, ਰਾਸ਼ਨ ਤੂੰ ਸਾਰਾ ਚੋਰੀ ਕੀਤਾ ਵਿੱਚੋਂ ਮੇਰਾ। ਓ ਭਾਈ ਠੰਡ ਆ ਗਈ ਤੇਰੀ ਤੇ ਵਾਲਾਂ ਨੇ ਕਮਲ ਮਾਰੀ, ਤੈਨੂੰ ਤੇ ਪਤਾ ਹੀ ਨਹੀਂ ਟੋਪੀ ਹੁੰਦੀ ਕੀ ਆ, ਠੰਡ ਆ ਗਈ, ਟੋਪੀ ਆਉਣੀ ਆ, ਬੋਰੀ ਪਾੜ ਕੇ ਤੇ ਸਿਰ ਤੇ ਲੈਂਦਾ ਇਹ ਬੰਦਾ, ਤੇ ਮੈਂ ਤੈਨੂੰ ਕਿਹਾ ਵੱਡੀ ਵੇਖ ਲਵਾ ਲੈ, ਜਾ ਜਾ ਭਾਈ ਤੁਸੀਂ ਸਕੂਨ ਨਾਲ ਇੱਥੇ ਲੜਾਈ ਪਾਈ। ਓ ਯਾਰ ਇੱਕ ਬੰਦਾ ਤੁਸੀਂ ਪਿਆ, ਮੈਨੂੰ ਜਾਣ ਦਿਓ ਯਾਰ, ਉਹਨੇ ਹਲੇ ਤੇ ਚਾਰ ਦੁਕਾਨਾਂ 'ਚ ਬਹਿਣਾ ਵਾ, ਮੇਰੀ ਗੱਲ ਸੁਣ ਲਓ, ਮੈਂ ਨਹੀਂ ਡਰਨਾ ਡਰਨਾ, ਇਹਦਾ ਢਿੱਡ ਵੱਡਾ, ਉਹ ਡਰਨਾ ਡਰਨਾ ਕਿਉਂ ਨਹੀਂ ਹੈਗਾ, ਤੂੰ ਡਰਨਾ ਡਰਨਾ ਕਿਉਂ ਨਹੀਂ ਹੈਗਾ, ਤੂੰ ਇੱਕ ਤੇ ਚੋਰੀ ਤੋਂ ਸੀਨਾ ਤੋਰੀ, ਉਹ ਆਲੂਆਂ ਦੀ ਬੋਰੀ, ਉਹ ਮੇਰੀ ਵੀ ਸੁਣ ਲਾ, ਤੂੰ ਮੇਰਾ ਇੱਕ ਮਾਠੂ ਪਾਤਾ, ਉਹ ਇੱਧਰ ਆ ਜਾ, ਕਿਤੇ ਤੈਨੂੰ ਵੀ ਨਾ ਫੇਂਦ ਪੇ, ਇੱਧਰ ਆ ਜਾ, ਜਿਹੜੇ ਤੇ ਲੱਗੇ, ਆਹੋ ਚਾਹ ਵਾਲਾ ਬੈਠੇਗਾ, ਚਾਹ ਬਾਸ਼ੇ ਚਾਹ ਵਾਲਾ, ਹੋਰ ਤੂੰ ਝੰਗ ਦਾ MNA ਵੇ, ਪਰੇ ਹੋ ਜਾ ਗਿਆ ਯਾਰ ਇਹਨਾਂ ਦੀ। ਅੱਛਾ, ਮੈਨੂੰ ਤਾਂ ਇਹਨਾਂ ਤੇ ਹੈਰਾਨਗੀ ਆਉਂਦੀ, ਉਹ ਕਿਉਂ ਟੈਂਟ ਲੱਗੇ ਹੁਣ, ਬਸ ਇਹਨੂੰ ਟੈਂਟਾਂ ਦੀ ਪਛਾਣ, ਮੈਂ ਨਹੀਂ ਪਤਾ ਭਾਵਾਂ ਅੰਦਰ ਅਗਲੇ ਖਤਮ ਦਵਾਉਣ ਡਏ ਹੁਣ, ਬਾਜਾ ਲੈ ਕੇ ਵੜ ਜਾਂਦੇ ਯਾਰ, ਇਹਨਾਂ ਦੀ ਵਜ੍ਹਾ ਤੋਂ ਸਾਨੂੰ ਜੁਰਮਾਨਾ ਹੋਇਆ, ਉਹ ਕਿਉਂ ਯਾਰ, ਜਦੋਂ ਉੱਥੇ ਸ਼ਾਦੀ ਹਾਲ ਦੇ ਬਾਹਰ ਵਾਜ਼ੇ ਤੌਰ ਤੇ ਲਿਖਿਆ ਵਾ ਕਿ ਵਾਜੇ ਵਾਲਿਆਂ ਦਾ ਦਾਖਲਾ ਮਮਨੂ ਹੈ, ਫਿਰ ਬਖਸ਼ਿਸ਼ ਮੰਗਣ ਵਾਸਤੇ ਅੰਦਰ ਆਏ ਨੇ, ਬਖਸ਼ਿਸ਼ ਰੱਬ ਤੋਂ ਮੰਗੀ ਦੀ, ਤੁਹਾਡੇ ਤੋਂ ਕਾਹਦੀ ਮੰਗਣੀ ਅਸੀਂ,
ਕੈਸੇ ਤੁਸੀਂ ਕੌਣ ਬੰਦੇ ਯਾਰ ਨਹੀਂ ਉਹ ਬਖਸ਼ੀਸ਼ ਹੁੰਦਾ ਉਹ ਦਹਿਲਾ ਪਾਇਆ ਜਿਹੜਾ ਕਰਦੇ ਆ ਓਏ ਉਦਾਂ ਕਹਿ ਵਿਦਿਆ ਬਤਾਉਗੀ ਉਹ ਜਿਹੜਾ ਤੁਸੀਂ ਐਂਡ ਤੇ ਸਲੂਟ ਮਾਰ ਕੇ ਨਹੀਂ ਲੈਨੇ ਉਹਦੀ ਗੱਲ ਕਰ ਰਹੇ ਓ ਹੋਈ ਫਾਰਗੀ ਕਹਿੰਦੇ ਹੁੰਦੇ ਫਾਰਗੀ ਇੱਕ ਬੰਦਾ ਇਹਨਾਂ ਦਾ ਆਪਣਾ ਗਰਮੀ ਨਾਲ ਫੁੜਕ ਡਿੱਗਿਆ ਉਹ ਕਿਦਾਂ ਉਹ ਕਿਧਰੇ ਉਹਨਾਂ ਧਿਆਨ ਨਾਲ ਸਾਡਾ ਇਧਰ ਉਧਰ ਹੋਇਆ ਉਹਨੇ ਛਾਪਰ ਤੇ ਸਾਰਾ ਸ਼ੋਰਾ ਪਾ ਕੇ ਤੇ ਇੱਥੇ ਰੱਖ ਕੇ ਟੋਪੀ ਪਾ ਲਈ ਉਹ ਸਾਰਾ ਸੇਕ ਤਲ ਉਹਨੂੰ ਵਜਾ ਤਮਥਾ ਪਰੇ ਪਿਆ ਓਏ ਹੋਏ 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 ਉਹ ਤੁਹਾਨੂੰ ਕਹਿਣ ਦਾ ਤਾਂ ਹੁਣੀ ਮਹਿੰਦੀ ਲਵਾ ਕੇ ਆਏ ਦੱਸ ਤੇ ਮਹਿੰਦੀ ਲਵਾ ਕੇ ਆਏ ਸ਼ੋਰਾ ਲਵਾ ਕੇ ਆਏ ਨਾਲੇ ਬਾਜੀ ਵਾਲਾ ਕਹਿ ਰਹੀ ਹਰਕਤਾਂ ਕਰਦਾ ਸਾਨੂੰ ਹੌਲਾ ਪਵਾਉਣ ਡਿਆ ਉਹ ਤਾਂ ਮੱਲੇ ਦਾ ਮੋਜੇ ਮੋਟਾ ਬੰਦਾ ਬੈਠਾ ਸਾਡੇ ਕੋਲ ਪੈਸੇ ਵੀ ਪੂਰੇ ਲਏ ਤੂੰ ਭਾਨ ਤੇਰਾ ਕੋਈ ਰੌਲਾ ਦੱਸ ਅਸੀਂ ਹੁਣੇ ਖਿੱਚਦੇ ਨੇ ਬਾਜੀ ਵਾਲਾ ਰੌਲੇ ਵਾਲੀ ਕੋਈ ਗੱਲ ਨਹੀਂ ਹੈਗੀ ਅੱਛਾ ਜੀ ਇਹਨਾਂ ਨੇ ਆਪਣੇ ਪੈਸੇ ਵੀ ਲਏ ਉਤੋਂ ਵੇਲਾਂ ਵੀ ਲੁੱਟੀਆਂ ਉਤੋਂ ਰੋਟੀ ਵੀ ਇਹਨਾਂ ਨੇ ਲੁੱਟੀ ਆ ਰੋਟੀ ਦਾ ਤਾਂ ਅਮੀਲ ਜਾਮ ਲਾਉਣ ਡਿਆ ਸਾਨੂੰ ਤਾਂ ਸਮੈਲ ਵੀ ਨਹੀਂ ਲੈਣ ਦਿੰਦੇ ਰੋਟੀ ਦੇ ਅਗਲੇ ਬਾਹਰੇ ਬੰਦ ਕਰ ਦਿਓ ਪਤਾ ਨਹੀਂ ਅਸੀਂ ਅੰਦਰ ਜਾ ਕੇ ਬਿੱਠਾ ਕਰਨ ਲੱਗ ਪੈਂਦੇ ਪਰ ਇਹ ਤੁਸੀਂ ਦੱਸੋ ਇਹਨਾਂ ਰੋਟੀ ਨੂੰ ਤੁਸੀਂ ਦੇਣ ਦਾ ਇਹਨਾਂ ਦੇ ਮਿਹਨਤ 'ਚ ਕੀ ਗੱਲ ਹੋਈ ਡਸਟ ਆਈਆਂ ਨੇ ਉਹ ਯਾਰ ਕਿੰਨੀ ਕੁ ਰੋਟੀ ਦਈਏ ਪਿੱਛੇ ਸਾਰੇ ਟੱਬਰ ਦੀ ਰੋਟੀ ਕਹਿੰਦੇ ਜੀ ਘਰ ਚੁੱਲ੍ਹਾ ਨਹੀਂ ਬਾਲਿਆ ਰੋਟੀ ਇੱਥੋਂ ਲੈ ਕੇ ਜਾਣੀ ਹੈ ਅਸੀਂ ਘਰ ਦਾ ਸਿਮਾ ਚੁੱਕਿਆ ਯਾਰ ਉਹ ਤੂੰ ਤਾਂ ਰੋਟੀ ਦੀ ਗੱਲ ਨਾ ਕਰ ਮਰਾਲ ਪਤਾ ਕੀ ਹੈ ਮੋਟੇ ਚੌਰੀ ਗੱਲ ਪਤਾ ਕੀ ਹੈ ਇਹਦਾ 5000 ਰੁਪਈਆ ਤੇ ਮੇਰਾ ਸਿਰ ਖਾਈ ਜਾਂਦਾ 5000 ਦੇ ਓਏ ਉਹ ਦੇ ਚੌਰੀ ਮੇਰੇ ਮੂੰਹ ਨੂੰ ਦੇ ਜਿਹੜਾ ਬਣਦਾ ਹੈ ਤੇਰੇ ਮੂੰਹ ਤੇ ਲਾਂਤਾ ਨਹੀਂ ਬਣਦੀ ਆ ਪੈਸੇ ਕੱਢ ਛੇ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਤੂੰ ਨਾਜ਼ਮ ਲੱਗਾ ਪਿੰਡ ਓਏ ਅਸੀਂ ਇਕੱਲੇ ਮਾਝੇ ਵਾਲੇ ਨਹੀਂ ਹੈਗੇ ਮਾਝੇ ਵਾਲੇ ਨਹੀਂ ਤੇ ਮੈਂ ਵੀ ਇਕੱਲਾ ਕੋਈ ਚੌਧਰੀ ਨਹੀਂ ਹੈਗਾ ਆ ਸੀ ਸਾਡੀ ਮਾਸ਼ੀ ਬੜੀ ਹੈਗੀ ਇੱਥੇ ਓਏ ਸਾਤਾਂ ਨੂੰ ਸਾਡਾ ਵੀ ਨਹੀਂ ਪਤਾ ਤੇਰਾ ਤੂੰ ਤੇਰਾ ਨਹੀਂ ਪਤਾ ਹੈਗਾ ਓਏ ਤੇਰਾ ਹਾਂ ਰੋਟੀ ਦਾ ਹਿਸਾਬ ਕਿਹਨੇ ਤੇਰੇ ਪਿਉਣ ਦੇਣਾ